पीटीसी शोकेस दे विच जो अज है मेरा मेहमान उदी गायकी है पंजाब ते पंजाबी अदिशान ते जिदी बुलंद आवाज ते हर एक नू है माण वन एंड ओनली स्टार सिंगर सुरजीत खान। सुरजीत खान भाजी सत श्री अकाल ते बहुत बहुत स्वागत है जी पीटीसी शोकेस विच तुहाडा। सत श्री अकाल गुरजीत भाई जी, तुहानू बहुत बहुत सत श्री अकाल और पीटीसी देख रहे सारे दर्शकों नू मेरे वल्लों सुरजीत खान वल्लों प्यार भरी सत श्री अकाल नमस्कार ते आदाब। हाय हाय क्या बात है जी क्या। अच्छा भाई जदों सुरजीत खान साहब दा नाम आउंदा जुबान ते तां पहला गाणा आउंदा जी किकली किकली पा के ते जिहड़ी किकली तुसीं पाई है तां ओह बा कमाल सीगी गुरजीत। इह गाणा जिन्ना क ਲੋਕਾਂ ਨੂੰ ਪਿਆਰਾ ਮੇਰੇ ਸਰੋਤਿਆਂ ਨੂੰ ਪਿਆਰਾ ਉਸ ਤੋਂ ਬਾਅਦ ਮੈਨੂੰ ਪਿਆਰਾ ਇਸ ਕਰਕੇ ਪਿਆਰਾ ਕਿਉਂਕਿ ਜਿਹੜੀ ਮੇਰੀ ਇਸ ਗਾਣੇ ਨੇ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ ਹੈ ਔਰ ਇਹ ਗਾਣਾ ਬਹੁਤ ਹਿੱਟ ਹੋਇਆ ਪੰਜਾਬ ਦੇ ਕਲਚਰ ਦੇ ਨੂੰ ਸਮਰਪਿਤ ਸੀ ਗਾਣਾ ਬਿਲਕੁਲ ਸਮੋਇਆ ਹੋਇਆ ਸਾਰਾ ਇਹਦੇ ਵਿੱਚ ਨਾ ਸੋ ਇਹ ਮੇਰੇ ਦਿਲ ਦੇ ਬੜਾ ਕਰੀਬ ਆ ਬਹੁਤ ਟਾਈਮ ਹੋ ਗਿਆ ਤਾਂ ਮੈਂ ਪਲੱਸ 1 ਦੇ ਵਿੱਚ ਪੜ੍ਹਦਾ ਸੀ ਅੱਛਾ ਜੀ 2 ਦੇ ਵਿੱਚ ਜਦੋਂ ਇਹ ਗਾਣਾ ਰਿਲੀਜ਼ ਹੋਇਆ ਕੀ ਬਾਤ ਹੈ ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਗਾਣਾ ਰਿਲੀਜ਼ ਹੋਇਆ ਸੀਗਾ ਤੇ ਇਸ ਗਾਣੇ ਨੇ ਮੈਨੂੰ ਬਹੁਤ ਜ਼ਿਆਦਾ ਫੇਮ ਦਿੱਤਾ ਔਰ ਮੇਰੇ ਬਹੁਤ ਦਿਲ ਦੇ ਕਰੀਬ ਹੈ ਗਾਣਾ ਮੈਂ ਸੁਣਾ ਦੇਣਾ ਜੀ ਇੱਥੇ ਸ਼ੁਰੂਆਤ ਕਰਦੇ ਹਾਂ ਬਿਲਕੁਲ ਇੱਥੇ ਸ਼ੁਰੂਆਤ ਚਾਹੀਦੀ ਹੈ ਸਾਨੂੰ ਅੱਜ ਇਹ ਜਿੰਦਸਵਾੜਾ ਜੀ ਦਾ ਲਿਖਿਆ ਗਾਣਾ ਜੀ ਮਾਸਟਰ ਜਿੰਦਸਵਾੜਾ ਜੀ ਦਾ ਖੋਰੇ ਰੱਬ ਨੇ ਬਣਾਈ ਤੂੰ ਕਿੰਨੀ ਵਾਰ ਟਾਕੇ ਤੈਨੂੰ ਜੋਬਨ ਚੜਿਆ ਨੀ ਕਿੱਕਲੀ ਪਾ ਕੇ ਤੈਨੂੰ ਜੋਬਨ ਚੜਿਆ ਨੀ ਕਿੱਕਲੀ ਪਾ ਕੇ ਕਿਆ ਬਾਤ ਹੈ। ਸਮਾਂ ਸਹੀ ਦੱਸਾਂ ਸਾਨੂੰ ਪਤਾ ਵੀ ਨਹੀਂ ਹੁੰਦਾ ਸੀ ਉਦੋਂ ਕਿਹਨੇ ਗਾਇਆ ਹੋਇਆ ਗਾਣਾ ਜਦੋਂ ਤੁਹਾਡਾ ਇਹ ਗਾਣਾ ਆਇਆ ਸੀਗਾ ਪਰ ਅਸੀਂ ਗਾਉਂਦੇ ਹੁੰਦੇ ਸੀਗੇ ਸਾਰੇ ਜਣੇ ਇੰਨਾ ਜ਼ੁਬਾਨ ਤੇ ਚੜਿਆ ਹੋਇਆ ਸੀਗਾ ਗੀਤ ਤੇ ਇਹ ਕੁਦਰਤੀ ਬਸ ਬਣ ਗਿਆ ਜੀ ਗਾਣਾ। ਵਾਕਿਆ ਸੀਗਾ ਤੁਸੀਂ ਪਲੱਸ 2 ਵਿੱਚ ਤੁਸੀਂ ਹੁੰਦੇ ਸੀ ਉਦੋਂ ਇਹ ਤੁਹਾਡਾ ਗਾਣਾ ਸਾਹਮਣੇ ਆਇਆ ਰਿਲੀਜ਼ ਹੋਇਆ ਵਿੱਚ ਮੇਰੀ ਸ਼ੁਰੂਆਤ ਹੋ ਗਈ ਹੈ ਜੀ। ਕਿਆ ਬਾਤ ਹੈ ਭਾਈ ਮਾਲਕ ਦੀ ਬੜੀ ਮਿਹਰ ਰਹੀ ਹੈ ਸਰੋਤਿਆਂ ਦਾ ਬੜਾ ਪਿਆਰ ਰਿਹਾ ਕਿ ਮੈਨੂੰ ਐਕਸੈਪਟ ਜਲਦੀ ਕਰ ਲਿਆ। ਬਿਲਕੁਲ 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 ਬਹੁਤ ਅੱਜ ਕੱਲ੍ਹ ਰਗੜਾਈ ਕਰਾ ਕੇ ਅੱਗੇ ਆਉਂਦਾ ਬੰਦਾ। ਸਹੀ ਗੱਲ ਹੈ ਸਹੀ ਗੱਲ ਹੈ ਮੇਰੇ ਤੇ ਬੜੀ ਮਿਹਰ ਰਹੀ ਹੈ ਬਿਲਕੁਲ ਮਿਹਰ ਰਹੀ ਹੈ ਤੇ ਅੱਛਾ ਸਟਾਰਟਿੰਗ ਵਿੱਚ ਮੈਂ ਇੱਕ ਗੱਲ ਕਹੀ ਸੀ ਵੀ ਚਮਕਦੇ ਸਿਤਾਰੇ ਤਾਂ ਸਾਰਿਆਂ ਨੂੰ ਵਧੀਆ ਲੱਗਦੇ ਨੇ ਕਿ ਨਹੀਂ ਤੁਸੀਂ ਇੱਕ ਚਮਕਦੇ ਸਿਤਾਰੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪਰ ਉਹ ਚਮਕ ਤੱਕ ਪਹੁੰਚਣ ਦੇ ਲਈ ਜਿਹੜੀ ਸੂਰਜ ਦੀ ਤਪਸ਼ ਹੈ ਜਿਹੜੀ ਮਿਹਨਤ ਹੈ ਮੁਸ਼ਕਤ ਹੈ ਸਟਰਗਲ ਹੈ ਉਹ ਬਹੁਤ ਸਹਿਣੀ ਪੈਂਦੀ ਹੈ ਤਾਂ ਤੁਸੀਂ ਸਟਰਗਲ ਕਿੰਨੀਆਂ ਮੁਸ਼ਕਲਾਂ ਸਹੀਆਂ? ਬਹੁਤ ਸਟਰਗਲ ਕੀਤੀ ਹੈ ਜੀ ਮੈਂ ਬਹੁਤ ਜ਼ਿਆਦਾ ਸਟਰਗਲ ਕੀਤੀ ਹੈ ਮੇਰੇ ਉਸਤਾਦ ਜੀ ਮੁਰਲੀਧਰ ਸੋਨੀ ਜੀ ਔਰ ਸੁਰਿੰਦਰ ਬਚਨ ਜੀ ਇਹਨਾਂ ਕੋਲ ਮੈਂ ਸਿੱਖਦਾ ਰਿਹਾ ਮਿਊਜ਼ਿਕ। ਸੋ ਪਹਿਲਾਂ ਛੋਟੇ ਹੁੰਦੇ ਸੀਗੇ ਜਦੋਂ ਪਤਾ ਨਹੀਂ ਹੁੰਦਾ ਸੀ ਕਬੱਡੀ ਟੂਰਨਾਮੈਂਟ ਹੋਣੇ ਜਾਂ ਛੋਟੇ ਮੋਟੇ ਮੇਲੇ ਹੋਣੇ ਪਿੰਡਾਂ ਦੇ ਵਿੱਚ ਜਿੱਦਾਂ ਲੱਗਦੇ ਨੇ ਹਾਂਜੀ ਸੋ ਟੂਰਨਾਮੈਂਟਾਂ ਦੇ ਉੱਤੇ ਗਾਉਣਾ ਜਾ ਕੇ ਜੀ ਲੋਕੀ ਪਸੰਦ ਬਹੁਤ ਕਰਦੇ ਸੀ ਮੈਨੂੰ ਯਾਰ ਬਹੁਤ ਚੰਗਾ ਗਾਉਂਦਾ ਸੋ ਇੱਦਾਂ ਨਹੀਂ ਪਤਾ ਸੀ ਕਦੇ ਪ੍ਰੋਫੈਸ਼ਨਲ ਸਿੰਗਰ ਬਣ ਜਾਊਗਾ। ਕਿਆ ਬਾਤ ਹੈ ਇਹ ਕਦੇ ਨਹੀਂ ਸੋਚਿਆ ਸੀਗਾ ਇੱਦਾਂ ਤੇ ਕਦੋਂ ਫਿਰ ਖਿੱਚ ਕਦੋਂ ਪਈ ਮਤਲਬ ਪਹਿਲੀ ਵਾਰ ਕਿਸੇ ਨੇ ਕਿਹਾ ਤੁਹਾਨੂੰ ਤੁਹਾਡਾ ਗਾਇਕੀ ਸੁਣੀ ਪਹਿਲੀ ਵਾਰ ਜਾਂ ਤੁਸੀਂ ਕਿਸੇ ਵੱਲ ਦੇਖ ਕੇ ਇਨਸਪਾਇਰਡ ਹੋਗੇ ਕਿ ਮੈਂ ਵੀ ਇਹਦੇ ਵਰਗਾ ਬਣਨਾ? ਨਹੀਂ ਮੈਂ ਮਾਨਕ ਸਾਹਿਬ ਤੋਂ ਹਮੇਸ਼ਾ ਇਨਸਪਾਇਰ ਰਿਹਾ ਔਰ ਮੈਨੂੰ ਗਾਇਕੀ 'ਚ ਆਉਣ ਦਾ ਜਿਹੜਾ ਮੇਰਾ ਸਿਸਟਮ ਸੀਗਾ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਸਿੰਗਰ ਬਣਾਉਣਾ ਪਰ ਮੇਰੇ ਅੰਦਰੋਂ ਸੀਗਾ ਮੈਂ ਦੇਖ ਕੇ ਕਿਸੇ ਨੂੰ ਗਾਉਣ ਨਹੀਂ ਲੱਗਿਆ। ਅੱਛਾ ਮੈਂ ਜਿੱਦਾਂ ਬਾਹਰ ਖੇਤਾਂ 'ਚ ਜਾਣਾ ਜੀ ਮੈਂ ਉਦੋਂ ਛੋਟਾ ਹੁੰਦਾ ਵੀ ਤੇ ਮੈਂ ਬਾਹਰ ਜਾ ਕੇ ਗਾਉਣਾ ਉੱਚੀ ਉੱਚੀ ਗਾਉਣਾ ਉਦਾਂ ਹੀ ਮੈਨੂੰ ਚੰਗਾ ਲੱਗਦਾ ਸੀ ਗਾਉਣਾ ਸਕੂਨ ਮਿਲਦਾ ਸੀ ਘਰੇ ਕਈ ਵਾਰੀ ਦਾਦਾ ਜੀ ਕੁੱਟ ਵੀ ਖਾਧੀ ਵੀ ਯਾਰ ਕਿਵੇਂ ਗਾਈ ਹੋ ਜਾਂਦਾ ਤੂੰ ਪਰ ਪਤਾ ਨਹੀਂ ਸੀ ਵੀ ਮਾਲਕ ਨੇ ਬੜਾ ਵਾਕੇ ਵਾਕੇ ਸੁਰਜੀਤ ਖਾਨ ਅੱਜ ਦੇ ਜਿਹੜੀ ਯੰਗ ਜਨਰੇਸ਼ਨ ਹੈ ਆਪਣਾ ਹੀਲਾ ਗਾਣਾ ਤੁਹਾਡਾ ਪਿੱਛੇ ਜੇ ਰਿਲੀਜ਼ ਹੋਇਆ ਉੱਥੇ ਤੱਕ ਵੀ ਹੱਸਿਆ ਨਾ ਕਰ ਹਾਂਜੀ ਹਾਂਜੀ ਤੇ ਹੱਸਿਆ ਨਾ ਕਰ ਤੋਂ ਲੈ ਕੇ ਹੀਲਾ ਤੱਕ ਦਾ ਜਿਹੜਾ ਸਫ਼ਰ ਹੈ ਬਹੁਤ ਉਤਰਾਅ ਚੜ੍ਹਾਅ। ਮੇਰੀ ਸਭ ਤੋਂ ਵੱਡੀ ਗੁੱਡ ਲੱਕ ਇਹ ਹੈ ਸੁਰਜੀਤ ਬਾਈ ਕਿ ਮੈਂ ਸ਼ੁਰੂ ਹੋਇਆ ਜਦੋਂ ਪਰ ਪਰਮਾਤਮਾ ਨੇ ਮੈਂ ਸਟੈਪ ਬਾਈ ਸਟੈਪ ਬਾਈ ਸਟੈਪ ਬਾਈ ਸਟੈਪ ਬਾਈ ਸਟੈਪ ਬਾਈ ਸਟੈਪ ਬਾਈ ਚੜ੍ਹਦਾ ਗਿਆ ਸੋ ਇਹ ਸਭ ਤੋਂ ਵੱਡੀ ਗੱਲ ਹੈ। ਸਰੋਤਿਆਂ ਨੇ ਮੇਰੇ ਤੇ ਟਰੱਸਟ ਬਹੁਤ ਦਿਖਾਇਆ ਵਾਕਈ ਕਿ ਮੈਨੂੰ ਹੁਣ ਤੱਕ ਜਿਹੜਾ ਕਬੂਲਿਆ ਹੋਇਆ ਨਹੀਂ ਸਿੰਗਰ ਦੀ ਲਾਈਫ ਬਹੁਤ ਸਾਰੇ ਸਾਰਿਆਂ ਦੀ ਨਹੀਂ ਮੈਂ ਗੱਲ ਕੋਈ ਰੇਅਰ ਸਿੰਗਰ ਨੇ ਜਿਹਨਾਂ ਨੂੰ ਪਰਮਾਤਮਾ ਇਦਾਂ ਦਿੰਦਾ ਵਾਕਈ ਸਹੀ ਗੱਲ ਹੈ ਮੇਰੇ ਹਿੱਸੇ ਆਇਆ ਥੋੜ੍ਹਾ ਜਿਹਾ ਮੈਨੂੰ ਲੱਗਦਾ ਨਹੀਂ ਬਹੁਤ ਤੁਹਾਡੇ ਹਿੱਸੇ ਹੈ ਤੁਹਾਡੇ ਕਰਕੇ ਸਾਡੇ ਪੰਜਾਬੀ ਜਿਹੜੀ ਮਾਂ ਬੋਲੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਉਹਦੇ ਹਿੱਸੇ ਫੋਕ ਸਿੰਗਿੰਗ ਜਿਸ ਅੰਦਾਜ਼ ਨਾਲ ਤੁਸੀਂ ਲੈ ਕੇ ਆਏ ਜਿਹੜੀ ਲੰਬੀ ਹੇਕ ਨਾਲ ਤੁਸੀਂ ਲੈ ਕੇ ਆਏ ਤਾਂ ਉਹ ਤੁਹਾਡੇ ਕਰਕੇ ਸਾਡੀ ਝੋਲੀ ਵਿੱਚ ਵੀ ਪਈ ਹੈ ਪੰਜਾਬੀ ਸਰੋਤ ਪੰਜਾਬ ਦਾ ਰੰਗ ਹੈ ਜੀ ਪੰਜਾਬ 'ਚ ਜੰਮੇ ਆ ਕਹਿੰਦੇ ਵੀ ਜਿਹਦਾ ਖਾਈ ਉਹਦੇ ਗੁਣ ਗਾਈਏ ਵਾਕਈ ਵਾਕਈ ਸਹੀ ਗੱਲ ਹੈ ਪੰਜਾਬ 'ਚ ਜੰਮੇ ਆ ਜੇ ਪੰਜਾਬ ਲਈ ਥੋੜਾ ਜਿਹਾ ਵੀ ਕੁਝ ਕਰ ਜਾਾਂਗੇ ਤਾਂ ਸਾਨੂੰ ਲੱਗੂਗਾ ਯਾਰ ਕੁਝ ਕੀਤਾ ਕੀ ਬਾਤ ਹੈ ਇਸੇ ਕਰਕੇ ਕਿ ਅੱਜ ਸੋ ਅੱਜ ਦੇ ਦੌਰ ਦਾ ਜਿਹੜਾ ਮਿਊਜ਼ਿਕ ਜਿੱਧਰ ਨੂੰ ਜਾ ਰਿਹਾ ਨਾ ਸਰ ਮੈਂ ਨਹੀਂ ਕਹਿੰਦਾ ਕਿ ਹਰ ਬੰਦੇ ਦੀ ਥਿੰਕਿੰਗ ਆਪਣੀ ਹੈ ਪਤਾ ਨਹੀਂ ਕਿੱਥੇ ਪ੍ਰੋਬਲਮ ਹੈ ਪਰ ਮਿਊਜ਼ਿਕ ਸਾਡਾ ਰਿਚ ਹੈ ਸੱਭਿਆਚਾਰ ਬਹੁਤ ਰਿਚ ਹੈ ਪਰ ਉਹ ਥੋੜ੍ਹਾ ਜਿਹਾ ਉਹਨੂੰ ਪਰਫੋਲੀਓ ਹੋਣਾ ਚਾਹੀਦਾ ਹੋਰ ਜ਼ਿਆਦਾ ਵਾਕਈ ਸਹੀ ਗੱਲ ਹੈ ਅੱਜ ਕੱਲ੍ਹ ਹੋਰ ਪਾਸੇ ਨੂੰ ਮੁੜ ਗਈ ਹੈ ਗਾਇਕੀ ਥੋੜ੍ਹੀ ਜਿਹੀ ਸਹੀ ਗੱਲ ਹੈ ਤੁਸੀਂ ਕਹਿੰਦੇ ਹੋਰ ਪਾਸੇ ਨੂੰ ਮੁੜ ਗਈ ਹੈ ਅਤੇ ਉਹਦੇ ਵਿੱਚ ਫਿਰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ
ਉਹ ਤਾਂ ਚਲੋ ਵੱਖਰੀ ਗੱਲ, ਉਹ ਤਾਂ ਆਪਣੀ ਮਨ ਦੀ ਇੱਛਾ ਹੁੰਦੀ ਹੈ ਜੁੜਨਾ, ਪਰ ਜੋੜਨਾ ਜਿਹੜੀ ਸਾਹਮਣੇ ਯੰਗ ਜਨਰੇਸ਼ਨ ਹੈ ਉਹਨੂੰ ਕਿੰਨਾ ਕੁ ਮੁਸ਼ਕਿਲ ਹੈ, ਤੇ ਫਿਰ ਤੁਸੀਂ ਕਿਹੜੇ ਜ਼ਰੀਏ ਉਹਨਾਂ ਨੂੰ ਪਹੁੰਚਣਾ ਚਾਹੁੰਦੇ ਹੋ? ਮੈਂ ਬਹੁਤ ਜ਼ੋਰ ਲਾਉਂਦਾ ਜੀ, ਮੈਂ ਆਪਦੇ ਹਿੱਲਾ ਗਾਣਾ ਇੱਕ ਬਿਲਕੁਲ ਪੰਜਾਬ ਨੂੰ ਸਮਰਪਿਤ ਹੈ। ਸੋ ਜਿਹੜਾ ਦੂਜਾ ਗਾਣਾ ਕੈਂਠੇ ਵਾਲਿਆ ਗੱਭਰੂ ਆ ਗਿਆ ਤੇਰੇ ਤੇ ਦਿਲ ਵਿੱਚ, ਸ਼ਮਸ਼ੀਰ ਸੰਧੂ ਭਾਜੀ ਨੇ ਲਿਖਿਆ, ਉਹ ਵੀ ਬਹੁਤ ਪਿਆਰਾ ਗੀਤ ਹੈ, ਬਹੁਤ ਕਮਾਲ ਹੈ ਜੀ, ਔਰ ਅਮਨ ਹੀਰ ਨੇ ਉਹਦਾ ਮਿਊਜ਼ਿਕ ਕੀਤਾ। ਸੋ ਇਸੇ ਤਰ੍ਹਾਂ ਮੇਰੇ ਗਾਣਿਆਂ ਦੇ ਵਿੱਚੋਂ ਪਤਾ ਲੱਗ ਜਾਂਦਾ, ਐਕਚੁਅਲੀ ਗਾਣਾ ਤੁਸੀਂ ਮਿਊਜ਼ਿਕ ਜਿੱਦਾਂ ਮਰਜ਼ੀ ਚੇਂਜ ਕਰੋ, ਜਿਹੜੇ ਬੋਲ ਨੇ ਉਹ ਪੂਰੇ ਠੇਠ ਚਾਹੀਦੇ ਹੋਣੇ, ਪਤਾ ਲੱਗਣਾ ਚਾਹੀਦਾ ਵੀ ਪੰਜਾਬੀ ਕਲਚਰ ਹੈ। ਸਹੀ ਗੱਲ ਹੈ, ਸਹੀ ਗੱਲ ਹੈ। ਅਤੇ ਇਹ ਫਿਰ ਤੁਸੀਂ ਬਹਿ ਕੇ ਜਿੱਦਾਂ ਕਿ ਤੁਸੀਂ ਦੱਸਿਆ ਸ਼ਮਸ਼ੇਰ ਸੰਧੂ ਜੀ ਤੋਂ ਤੁਸੀਂ ਇਹ ਗੀਤ ਉਹਨਾਂ ਦੇ ਗਾ ਰਹੇ ਤੁਸੀਂ ਗੀਤ, ਉਹਨਾਂ ਨਾਲ ਬਹਿ ਕੇ ਡਿਸਕਸ਼ਨ ਕੀਤੀਆਂ ਸੰਧੂ ਸਾਹਿਬ ਮੈਨੂੰ ਆਹ ਤੁਹਾਡਾ ਗੀਤ ਲਿਖਿਆ ਵਾ ਜਾਂ ਮੈਨੂੰ ਇੱਦਾਂ ਦਾ ਗੀਤ ਲਿਖ ਕੇ ਦਿਉ? ਨਹੀਂ ਇਹ ਜਦੋਂ ਭਾਜੀ ਨੇ ਗਾਣੇ ਲਿਖੇ ਤਾਂ ਭੰਡਾਰ ਰਹੇ ਉੱਥੇ ਬਹੁਤ ਵੱਡਾ ਜੀ, ਬਿਲਕੁਲ ਬਿਲਕੁਲ, ਜਦੋਂ ਫਿਰ ਲੈ ਕੇ ਆਉਂਦੇ ਅੱਛਾ ਯਾਰ ਇਹ ਸਾਂਝੇ ਕਰੀਏ, ਇੱਧਰ ਜੇਬ ਚੋਂ ਕੱਢ ਲੈਂਦੇ ਫਿਰ ਭਾਜੀ ਇੱਧਰ ਜੋ ਕੱਢ ਲੈਂਦੇ ਪੇਪਰ ਹਨ, ਵਾਕਈ ਸਹੀ ਗੱਲ ਹੈ, ਸਿਲੈਕਟਡ ਫਿਰ ਕਰਕੇ ਲੈ ਕੇ ਆਉਂਦੇ ਵੀ ਯਾਰ ਇਹ ਇੱਦਾਂ ਗਾਣੇ, ਫਿਰ ਉਹਨਾਂ ਗਾਣਿਆਂ ਦੇ ਵਿੱਚੋਂ ਅਸੀਂ ਦੇਖਦੇ ਭਾਜੀ ਆਹ ਕਰੀਏ, ਫਿਰ ਅਸੀਂ ਉਸ ਤੋਂ ਬਾਅਦ ਪਹਿਲਾਂ ਚੂਜ਼ ਕਰਦੇ ਹਾਂ, ਉਸ ਤੋਂ ਬਾਅਦ ਉਹਦੀਆਂ ਕੰਪੋਜੀਸ਼ਨਾਂ ਕਰਦੇ ਹਾਂ, ਅੱਛਾ ਫਿਰ ਰਿਕਾਰਡ ਕਰਦੇ ਹਾਂ। ਕਿਆ ਬਾਤ, ਇੱਦਾਂ ਹਾਂਜੀ, ਅਤੇ ਮਤਲਬ ਇੱਦਾਂ ਹੌਲੀ ਹੌਲੀ ਕੋਸ਼ਿਸ਼ ਕਰਦੇ ਵੀ ਜਿਹੜਾ ਸੱਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਸੰਭਾਲ ਕੇ ਰੱਖਿਆ ਜਾਵੇ, ਜਨਰੇਸ਼ਨ ਨੂੰ ਜੋੜਿਆ ਜਾਵੇ। ਜੀ 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 ਬਿਲਕੁਲ। ਅਤੇ ਹੁਣ ਤੱਕ ਦੀ ਇੱਦਾਂ ਦੀ ਕਿਹੜੀ ਘੜੀ ਆਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਨੂੰ ਲੱਗਿਆ ਕਿ ਯਾਰ ਕਿਤੇ ਸੁਰਜੀਤ ਖਾਨ ਸਾਹਿਬ ਜਿਹੜਾ ਹੁਣ ਤੱਕ ਤੁਸੀਂ ਨਾਮ ਬਣਾਇਆ ਇਹ ਕਿਤੇ ਪਿੱਛੇ ਨਾ ਰਹਿ ਜੇ, ਮੈਨੂੰ ਥੋੜ੍ਹੀ ਜਿਹੀ ਹਿੰਮਤ ਹੋਰ ਕਰਨੀ ਪੈਣੀ, ਹੋਰ ਨੱਠਣਾ ਪੈਣਾ, ਮਸ਼ਕਤ ਹੋਰ ਕਰਨੀ ਪੈਣੀ? ਮੈਨੂੰ ਲੱਗਦਾ, ਮੈਂ ਇਹ ਸੱਚੀ ਗੱਲ ਦੱਸਾਂ, ਹਾਂਜੀ ਦੇਖੋ ਗਾਣੇ ਮੇਰੇ ਆ ਬਹੁਤ ਲੋਕਾਂ ਨੇ ਮੈਨੂੰ ਹੁਣ ਵੀ ਬਹੁਤ ਜ਼ਿਆਦਾ ਪਿਆਰ ਦੇ ਰਹੇ ਹਾਂ, ਖਾੜੇ ਬਹੁਤ ਲੱਗਦੇ ਨੇ ਮੇਰੇ, ਵਾਕਿਆ ਕੌੜਾ ਸੱਚ ਹੈ ਵੀ, ਲੋਕੀ ਲਾਈਕ ਵੀ ਬਹੁਤ ਕਰਦੇ ਨੇ ਮੈਨੂੰ, ਸਹੀ ਹੈ। ਪਰ ਮੈਂ ਸਿਰਫ ਇੱਕ ਜਦੋਂ ਕਦੇ ਕਦੇ ਜਿੰਨਾ ਅੱਜ ਦੇ ਟਾਈਮ ਦੇ ਵਿੱਚ ਗਾਣੇ ਜਿਹੜੇ ਉਹਨਾਂ ਦਾ ਬਹੁਤ ਜ਼ਿਆਦਾ ਮੀਨਿੰਗ ਨਹੀਂ, ਇੱਕ ਗਾਣੇ ਪਤਾ ਕੀ ਹੋਣ ਲੱਗਿਆ, ਹੁਣ ਜਦੋਂ ਆਪਾਂ ਗਾਣੇ ਦੇਖਦੇ ਹਾਂ ਇੱਦਾਂ ਲੱਗੀ ਜਾਂਦਾ ਯਾਰ ਵੀ ਪੰਜਾਬ ਦੇ ਵਿੱਚ ਤਾਂ ਗੋਲੀਆਂ ਬਹੁਤ ਚੱਲਦੀਆਂ ਨੇ, ਪੰਜਾਬੀ ਸਾਡੇ ਜਿੰਦਾ ਦਲੀਪ ਬਹਾਦਰੀ ਸਾਰਿਆਂ ਕਰਕੇ ਮਸ਼ਹੂਰ ਹੈ, ਬਿਲਕੁਲ ਜਾਣਦੇ ਆ ਵੀ ਪੰਜਾਬੀਆਂ ਦਾ ਜਿਹੜਾ ਬਲੱਡ ਹੈ ਬੜਾ ਜੋਸ਼ੀਲਾ ਬਲੱਡ ਹੈ, ਇਹ ਨਹੀਂ ਕਿ ਮਾੜੇ ਕੰਮਾਂ ਕਰਕੇ ਨਹੀਂ, ਜਿੰਦਾ ਦਿਲੀ ਕਰਕੇ ਜਾਣੇ ਜਾਂਦੇ ਆ, ਬਿਲਕੁਲ। ਮੈਂ ਕਹਿੰਦਾ ਉਸ ਚੀਜ਼ ਨੂੰ ਹਥਿਆਰਾਂ ਦੀ ਗੱਲ ਕਰੋ, ਪਰ ਉਹ ਗੱਲ ਉਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਹੁਣ ਨਹੀਂ ਵੀ ਜਿੱਥੇ ਗਿਆ ਵੀ ਆ ਜੇ ਕਹਿੰਦਾ ਕੁੜੀ ਦੀ ਮਗਰ ਦੌੜ ਗਈ ਉੱਥੇ ਠਾ ਗੋਲੀ ਮਾਰਤੀ, ਇਹ ਗੱਲ ਤਾਂ ਵਾਕਿਆ ਸਹੀ ਗੱਲ ਹੈ ਤੁਹਾਡੀ ਹੈ, ਜਿਹੜੀ ਅਣਖ ਹੈ ਉਹ ਸੱਚੀ ਅਣਖ ਹੋਣੀ ਚਾਹੀਦੀ ਹੈ, ਫੋਕੀ ਅਣਖ ਨਹੀਂ ਹੋਣੀ ਚਾਹੀਦੀ, ਤਾਂ ਗੀਤਾਂ ਰਾਹੀਂ ਸਾਡੀ ਜਿਹੜੀ ਤੁਸੀਂ ਫੋਕੀ ਅਣਖ ਨੂੰ ਸਾਹਮਣੇ ਦਿਖਾਈ ਜਾਂਦੇ ਹੋ। ਔਰ ਮੈਂ ਦਾਦਾ ਤੁਹਾਨੂੰ ਇੱਕ ਗਾਣਾ ਜਿੱਦਾਂ ਅੱਜ ਕੱਲ੍ਹ ਦੇ ਉੱਥੇ ਲਿਖਿਆ ਭਾਜੀ ਨੇ, ਕਮਾਲ ਲਿਖਿਆ, ਮੈਂ ਕਿਹਾ ਭਾਜੀ ਕਹਿੰਦਾ ਯਾਰ ਇਹ ਰਿਕਾਰਡ ਕਰਨਾ ਸੀ, ਕਿੱਤਾ ਵੀ ਹੈ ਉਹ ਰਿਲੀਜ਼ ਹੋਣਾ ਗਾਣਾ ਹਲੇ, ਮੈਂ ਮੁੱਖੜਾ ਸੁਣਾ ਦਿੰਦਾ ਤੁਹਾਨੂੰ ਗਾਣਾ, ਜਿੱਦਾਂ ਅੱਜ ਕਹਿੰਦੇ ਵੀ ਜੱਟਾਂ ਦੀ ਗੱਲ ਕਰਦੇ ਵੀ ਜੱਟ ਨੇ ਕਰਤਾ ਜੀ, ਜੱਟ ਨੇ ਕਰਤਾ, ਉਹ ਕਹਿੰਦੇ ਸੱਚੀ ਤਸਵੀਰ ਵੀ ਜੱਟ ਦੀ ਪੇਸ਼ ਕਰੋ ਨਾ, ਪਹਿਲਾਂ ਦੇ ਜੱਟਾਂ ਦੇ ਵਿੱਚ ਆ ਅੱਜ ਦੇ ਜੱਟਾਂ 'ਚ ਕੀ ਫਰਕ ਹੈ? ਹਾਂਜੀ ਸ਼ਮਸ਼ੇਰ ਸੰਧੂ ਭਾਜੀ ਨੇ ਲਿਖਿਆ, ਤਾਂ ਫਰਕ ਮੈਂ ਦੱਸਦਾ ਤੁਹਾਨੂੰ, ਇੱਕ ਮੁੱਖੜਾ ਸੁਣਾਊਂਗਾ ਜੀ ਪਲੀਜ਼। ਪਹਿਲਾਂ ਜੱਟ ਹੁੰਦੇ ਸੀ ਚਟਾਨ ਵਰਗੇ, ਨਸ਼ਿਆਂ ਨੇ ਕਰਤੇ ਕਮਾਨ ਵਰਗੇ, ਕਹਿੰਦੇ ਸੀ ਪੰਜਾਬੀਆਂ ਨੂੰ ਦਿਲ ਦਰਿਆ, ਹੁੰਦੇ ਸੀ ਪੰਜਾਬੀ ਕਦੇ ਦਿਲ ਦਰਿਆ, ਇਹਨਾਂ ਦਰਿਆਵਾਂ ਵਿੱਚ ਛਲ ਨਾ ਰਹੀ, ਇਹਨਾਂ ਦਰਿਆਵਾਂ ਵਿੱਚ ਛਲ ਨਾ ਰਹੀ, ਜੱਟਾਂ ਦੇ ਆ ਮੁੰਡਿਆਂ 'ਚ ਜੱਟ ਵੀਰ ਨੂੰ ਪਹਿਲਾਂ ਵਾਲੀ ਗੱਲ ਨਾ ਰਹੀ, ਜੱਟਾਂ ਦੇ ਆ ਮੁੰਡਿਆਂ 'ਚ ਮਾਫ ਕਰਨਾ ਪਹਿਲਾਂ ਵਾਲੀ ਗੱਲ ਨਾ ਰਹੀ। ਕੀ ਬਾਤ ਹੈ, ਬਿਲਕੁਲ ਵਾਕਈ ਖੂਬਸੂਰਤ। ਇਹ ਨਹੀਂ ਕਿ ਸਾਰੇ ਮਤਲਬ ਬਹੁਤੇ ਜੀ ਕਹਿੰਦਾ ਜੱਟ ਤਾਂ ਸੁਭਾਅ ਦੇ ਬੜੇ ਖੁੱਲੇ ਹੁੰਦੇ ਸੀ, ਜੱਗੇ ਜਿਉਣੇ ਮਿਰਜੇ ਜਾਂ ਦੁੱਲੇ ਹੁੰਦੇ ਸੀ, ਬਹੁਤੇ ਜੱਟ ਕਰਜ਼ੇ ਦੇ ਵਿੱਚ ਖੁੱਭ ਗਏ, ਬਾਕੀ ਦੇ ਸਮੈਕ ਦਾਰੂ ਵਿੱਚ ਡੁੱਬ ਗਏ, ਫਿਲਮਾਂ 'ਚ ਜੱਟ ਜੱਟ ਕਰੀ ਜਾਂਦੇ ਨੇ, ਚੈਨਲਾਂ 'ਤੇ ਵੈਲੀ ਬਣ ਲੜੀ ਜਾਂਦੇ ਨੇ, ਮੁੰਡਿਆਂ ਨੂੰ ਖੇਤਾਂ ਵਿੱਚ ਲੱਗੇ ਸੰਗ ਜੀ, ਭਈਏ ਨਾ ਜੇ ਹੁੰਦੇ ਖੇਤੀ ਹੋ ਗਈ ਬੰਦ ਸੀ, ਖੇਤਾਂ ਵਿੱਚ ਸਹਿੰਦੇ ਸੀ ਜੋ ਭਾਦੋ ਦੀਆਂ ਧੁੱਪਾਂ, ਧੁੱਪਾਂ ਸਹਿਣ ਵਾਲੀ ਉਹ ਖੱਲ ਨਾ ਰਹੀ, ਜੱਟਾਂ ਦੇ ਮੁੰਡਿਆਂ 'ਚ ਜੱਟ ਵੀਰ ਨੂੰ ਪਹਿਲਾਂ ਵਾਲੀ ਗੱਲ ਨਾ ਰਹੀ। ਵਾਕਈ ਸਹੀ ਗੱਲ ਹੈ, ਬਿਲਕੁਲ ਗੱਲ ਹਕੀਕਤ ਜਿਹੜੀ ਮਤਲਬ ਕੀਤੀ ਭਾਜੀ ਨੂੰ ਸਲੂਟ ਹੈ ਇਸ ਗਾਣੇ ਦੇ। ਮੈਂ ਚਾਹੁੰਦਾ ਵੀ ਇੱਦਾਂ ਦੇ ਗਾਣੇ ਮੈਂ ਪੇਸ਼ ਕਰੂੰਗਾ ਜਿਹੜੇ ਸਾਡੇ ਸੱਭਿਆਚਾਰ ਨੂੰ, ਇਹ ਇਸੇ ਐਲਬਮ ਦਾ ਗਾਣਾ ਜੀ ਸਾਡੇ ਗੁਰਜੀਤ ਭਾਈ, ਮੈਂ ਦੱਸਾਂਗਾ ਜੀ ਬਿਲਕੁਲ, ਕਿ ਸਾਰੀਆਂ ਜਿਹੜੇ ਇੱਕ ਇੱਕ ਕਰਕੇ ਸਾਡੇ ਹਿੱਲਾ ਆਇਆ, ਹੁਣ ਕੈਂਠੇ ਵਾਲਾ ਗੱਭਰੂ ਆਇਆ, ਸੋ ਇਸ ਤੋਂ ਅੱਗੇ ਜੱਟ ਵੀਰ ਨੂੰ ਸਾਰੇ ਗਾਣੇ ਵਾਰੀ ਵਾਰੀ ਆਈ ਜਾਣੇ ਆ ਨਾ, ਰਿਲੀਜ਼ ਕਰੀ ਜਾਣੇ, ਇੱਦਾਂ ਰਿਲੀਜ਼ ਕਰੀ ਜਾਣੇ, ਕਿਉਂਕਿ ਸੀਡੀਆਂ ਵਿਕਦੀਆਂ ਨਹੀਂ, ਸੋ ਇਸ ਤਰ੍ਹਾਂ ਉਹਨਾਂ ਦੇ ਲੋਕਾਂ ਦੇ ਸਾਹਮਣੇ ਗਾਣੇ ਆਉਣਗੇ। ਬਿਲਕੁਲ ਜੀ ਬਿਲਕੁਲ, ਸ਼ਮਸ਼ੇਰ ਸੰਧੂ ਸਾਹਿਬ ਨੇ ਬਹੁਤ ਖੂਬ ਲਿਖੇ ਨੇ ਦੋਸਤੋ, ਹੀਲਾ ਗਾਣੇ ਦਾ ਜ਼ਿਕਰ ਇਹਨਾਂ ਨੇ ਕੀਤਾ, ਉਹ ਵੀ ਇੱਕ ਬਹੁਤ ਮੈਸੇਜ ਆਪਣੇ ਆਪ ਵਿੱਚ ਲੈ ਕੇ ਆਇਆ ਗੀਤ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਪਰ ਵਿਹੜਾ ਇੱਥੇ ਬ੍ਰੇਕ ਦਾ ਹੋ ਗਿਆ, ਬਸ ਆਪਾਂ ਹੁਣੇ ਗਏ ਅਤੇ ਹੁਣੇ ਹਾਜ਼ਰ ਹੋ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਬੇਲੀਓ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀ ਟੀ ਸੀ ਸ਼ੋਕੇਸ ਦੇ ਵਿੱਚ ਅਤੇ ਮੁਲਾਕਾਤ ਆਪਾਂ ਕਰ ਰਹੇ ਹਾਂ ਸੁਰਜੀਤ ਖਾਨ ਸਾਹਿਬ ਨਾਲ। ਸੁਰਜੀਤ ਬਾਈ ਜੀ, ਤੁਸੀਂ ਬਹੁਤ ਵਧੀਆ ਗੱਲਾਂ ਮਤਲਬ ਪਹਿਲੇ ਸੈਗਮੈਂਟ ਵਿੱਚ ਆਪਾਂ ਕਰ ਲਈਆਂ ਨੇ ਕਿ ਨਹੀਂ, ਤਾਂ ਮੈਨੂੰ ਤਾਂ ਇਹ ਸੀ ਹੋਰ ਕਿਹੜੀਆਂ ਗੱਲਾਂ ਆਪਾਂ ਹੁਣ ਕੱਢਣੀਆਂ ਨੇ, ਕਿਉਂਕਿ ਜਿਹੜੀ ਆਪਣਾ ਸ਼ਮਸ਼ੇਰ ਸੰਧੂ ਉਹਨਾਂ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਨੇ ਬਾ ਕਮਾਲ ਲਿਖਿਆ ਜੱਟਾਂ ਵਾਲਾ ਗੀਤ, ਤਾਂ ਮੈਂ ਸੰਧੂ ਸਾਹਿਬ ਤੁਹਾਨੂੰ ਸਲਿਊਟ ਕਰਨਾ ਚਾਹੂੰਗਾ ਜੀ, ਤੁਸੀਂ ਐਡਾ ਖੂਬਸੂਰਤ ਗੀਤ ਲਿਖਿਆ ਹੈਗਾ ਅਤੇ ਉਮੀਦ ਕਰਦੇ ਹਾਂ ਤੁਸੀਂ ਗਾਇਆ ਵੀ ਬਹੁਤ ਬਾ ਕਮਾਲ ਹੋਣਾ ਜਿੱਦਾਂ ਅਸੀਂ ਹਮੇਸ਼ਾ ਗਾਉਂਦੇ ਹਾਂ, ਅਤੇ ਸਾਰਿਆਂ ਕੋਲ ਪਹੁੰਚੇ ਗੀਤ, ਸਭ ਤੋਂ ਵੱਡੀ ਗੱਲ ਹੈ ਪਹੁੰਚਣਾ ਚਾਹੀਦਾ ਇੱਦਾਂ ਦਾ ਗੀਤ ਹੈ ਕਿ ਨਹੀਂ। ਔਰ ਮੈਂ ਤਾਂ ਪੀ ਟੀ ਸੀ ਦੇ ਜ਼ਰੀਏ ਇੱਕ ਹੋਰ ਮੈਸੇਜ ਕਰਨਾ ਚਾਹੁੰਦਾ, ਮੈਂ ਨਹੀਂ ਕਹਿੰਦਾ ਕਿ ਮੇਰਾ ਗਾਣਾ ਜੀ, ਜਿਹੜਾ ਚੰਗਾ ਕੋਈ ਵੀ ਸਿੰਗਰ ਜੀ ਗਾਉਂਦਾ ਰਾਈਟਰ ਲਿਖਦਾ ਯਾਰ ਉਹ ਬੰਦੇ ਨੂੰ ਸਪੋਰਟ ਕਰੋ, ਵਾਕਈ ਸਹੀ ਗੱਲ, ਭਾਵੇਂ ਜਿਹੜਾ ਮਰਜ਼ੀ ਹੋ, ਬਿਲਕੁਲ ਸਹੀ ਗੱਲ ਤੁਹਾਡੀ, ਗੱਲ ਦਾ ਯਾਰ ਅਸੀਂ ਪੰਜਾਬੀ ਹਾਂ ਯਾਰ, ਪੰਜਾਬ ਦੀਆਂ ਥੋੜ੍ਹੀ ਜਿਹੀ ਜੀ ਅਸੀਂ ਆਪਣੇ ਮੋਢੇ 'ਤੇ ਸਾਡੇ 'ਤੇ ਭਾਰ ਹੈ, ਰਿਸਪੋਂਸੀਬਿਲਟੀ ਹੈ, ਰਿਸਪੋਂਸੀਬਿਲਟੀ ਹੈ, ਸੋ ਸਾਡਾ ਸਾਰਾ ਦਾ ਫਰਜ਼ ਬਣਦਾ ਹੈ ਪੰਜਾਬੀ ਲਈ ਕੁਛ ਕਰੀਏ, ਬਿਲਕੁਲ ਸਹੀ ਗੱਲ, ਬਿਲਕੁਲ ਅਸਲੀ ਪੱਖ ਹੈ ਪੰਜਾਬੀ ਤਾਂ ਉਹਨੂੰ ਮੋਹਰੇ ਆਉਣਾ ਚਾਹੀਦਾ, ਸਾਹਮਣੇ ਆਉਣਾ ਚਾਹੀਦਾ, ਅਸਲੀ ਚੀਜ਼ ਹੈ ਜਿਹੜੀ ਅਸਲੀ ਅਣਖ ਹੈ, ਅਸਲੀ ਟੌਰ ਆ ਉਹ ਸਾਹਮਣੇ ਆਣੀ ਚਾਹੀਦੀ ਹੈ ਆਪਣੀ, ਉਹੀ ਚੀਜ਼ ਹੈ ਬਸ। ਹੀਲੇ ਗਾਣੇ ਦੀ ਹੁਣ ਆਪਾਂ ਗੱਲ ਕਰਦੇ ਹਾਂ, ਹੀਲੇ ਦਾ ਜ਼ਿਕਰ ਤੁਸੀਂ ਕੀਤਾ ਸੀਗਾ ਕਿ ਨਹੀਂ, ਹਾਲਾਂਕਿ ਉਹ ਤੁਸੀਂ ਉਹਦੇ ਵਿੱਚ ਇੱਕ ਬਹੁਤ ਪਿਆਰਾ ਜਿਹਾ ਮੈਸੇਜ, ਉਹਦੀ ਵੀਡੀਓ ਬਹੁਤ ਪਿਆਰੀ ਸ਼ੂਟ ਹੋਈ ਹੈ, ਤੁਸੀਂ ਬਾ ਕਮਾਲ ਨਿਭਾਇਆ ਉਸ ਗੀਤ ਨੂੰ ਵੀ, ਅਤੇ ਉਹਦੇ ਬਾਰੇ ਦੱਸੋ ਇਹ ਕਿੱਦਾਂ ਤੁਹਾਡੀ ਝੋਲੀ ਵਿੱਚ ਪਿਆ ਇਹ ਗੀਤ। ਗੁਰਜੀਤ ਭਾਈ ਜਦੋਂ ਇਹ ਬਸ ਭਾਜੀ ਨਾਲ ਸੀਟਿੰਗਾਂ ਲੱਗ ਰਹੀਆਂ ਸੀ ਜਦੋਂ, ਸੋ ਲੱਗੀਆਂ ਸੀਟਿੰਗਾਂ ਤੇ ਭਾਜੀ ਨੂੰ ਕਿਹਾ ਮੈਂ ਕਿਹਾ ਵੀ ਇਦਾਂ ਕਰਕੇ ਜੇ ਭਾਜੀ ਨੇ ਸੁਣਾਇਆ ਗਾਣਾ, ਮੈਂ ਭਾਜੀ ਇਹ ਗਾਣਾ ਕਰ ਇਹ ਕਰਨਾ ਆਪਾਂ ਨੇ, ਜ਼ਿੰਦਗੀ ਦਾ ਕੌੜਾ ਸੱਚ ਕਹਿ ਦਿੰਦੇ ਆਪਾਂ ਇਹਨੂੰ, ਜ਼ਿੰਦਗੀ ਦਾ ਕੌੜਾ ਸੱਚ ਹੈ, ਜਿਉਂਦੇ ਜੀ ਹਰ ਬੰਦਾ ਇੱਥੇ ਸੌ ਸੌ ਕਰਦਾ ਹਿੱਲਾ, ਧਰਤੀ ਉੱਤੇ ਕੋਈ ਵੀ ਪੱਕਾ ਗੱਡ ਨਾ ਸਕਿਆ ਕੇਲਾ, ਇੱਥੇ ਤਾਂ ਵੱਡੇ ਵੱਡੇ ਯੋਧੇ ਮਹਾਰਾਜੇ ਹੋ ਗਏ, ਤੁਰ ਗਏ, ਕੌਣ ਰਹਿ ਗਿਆ ਇੱਥੇ, ਆਹ ਥਾਂ 'ਤੇ ਅਸੀਂ ਬੈਠੇ ਹਾਂ, ਅੱਜ ਅਸੀਂ ਬੈਠੇ ਕੱਲ੍ਹ ਹੋਰ ਬੈਠੂ ਪਰਸੋਂ ਹੋਰ ਬੈਠੂ, ਇਹ ਥਾਂ ਇੱਥੇ ਹੀ ਰਹਿਣੀ ਆ, ਬੰਦਾ ਤਾਂ ਦੁਨੀਆ ਦਾ ਮੇਲਾ ਇੱਕ, ਸਹੀ ਗੱਲ ਹੈ, ਠੀਕ ਹੈ ਜੀ, ਇੱਥੇ ਮੇਲਾ ਦੇਖੀ ਜਾਂਦਾ ਬੰਦਾ ਮੁੜੀ ਜਾਂਦਾ, ਮੁੜੀ ਜਾਂਦਾ, ਪਰ ਇਹ ਬੰਦੇ ਨੂੰ ਹਰ ਬੰਦਾ ਸਮਝਦਾ ਨਹੀਂ, ਇਹਨੂੰ ਕਹਿੰਦਾ ਵੀ ਥੋੜ੍ਹੇ ਜਿਹੇ ਕਿਸੇ ਨੂੰ ਮਿਲ ਜਾਂਦਾ, ਪਰਮਾਤਮਾ ਦੀ ਨਜ਼ਰ ਹੁੰਦੀ ਹੈ ਗੁਰਜੀਤ ਬਾਈ, ਕਿਸੇ ਦੇ ਸਵੱਲੀ ਹੋ ਜਾਂਦੀ ਹੈ ਨਾ, ਸਹੀ ਗੱਲ, ਅੱਜ ਸਾਡੇ ਥੋੜ੍ਹੀ ਸਵੱਲੀ ਹੋਈ, ਅਸੀਂ ਕਹਿੰਦੇ ਵੀ ਯਾਰ ਅਸੀਂ ਤਾਂ ਪਤਾ ਨਹੀਂ ਰੱਬ ਬਣ ਗਏ ਹਾਂ, ਵਾਕਈ ਸਹੀ ਗੱਲ ਹੈ, ਉਹ ਨਹੀਂ ਬਣਦਾ ਇੱਥੇ, ਉਹਦੀ ਨਜ਼ਰਾਂ ਦਾ ਕਮਾਲ ਹੈ ਤਾਂ ਬੈਠੇ ਆਪਾਂ ਇੱਥੇ ਗੱਲਾਂ ਕਰ ਰਹੇ ਹਾਂ ਜੀ, ਉਹਦੇ ਵਿੱਚ ਭਾਜੀ ਨੇ ਅੱਗੇ ਲਿਖਿਆ, ਜ਼ਿੰਦਗੀ ਦੇ ਸਾਗਰ ਵਿੱਚ ਸਾਰੇ ਲੂਣ ਵਾਂਗਰਾਂ ਖੁਰ ਗਏ, ਸਮੇਂ ਨੂੰ ਜਿਹੜੇ ਬੰਨ ਦਿੰਦੇ ਸੀ ਵਾਰੀ ਵਾਰੀ ਤੁਰ ਗਏ, ਯਮਲਾ ਭਾਵੇਂ ਮਾਣਕ ਜਾਂ ਫਿਰ ਬਿੰਦਰਖੀਆ ਚਮਕੀਲਾ, ਧਰਤੀ ਉੱਤੇ ਕੋਈ ਵੀ ਪੱਕਾ ਗੱਡ ਨਾ ਸਕਿਆ ਕਿਲਾ, ਕਿਆ ਬਾਤ ਹੈ ਜੀ, ਕਿਆ ਬਾਤ, ਮੈਨੂੰ ਨਹੀਂ ਪਤਾ ਇਹ ਗਾਣਾ, ਬਹੁਤ ਸਾਰੇ ਲੋਕਾਂ ਨੇ ਪਸੰਦ ਵੀ ਕੀਤਾ, ਕਮੈਂਟ ਬਹੁਤ ਅੱਛੇ ਦਿੱਤੇ ਨੇ ਗਾਣੇ ਦੇ, ਜੀ ਜੀ, ਮੈਂ ਨਹੀਂ ਕਹਿੰਦਾ ਕਿ ਬਈ ਬਹੁਤ ਵੱਡਾ ਬਣ ਜੂਗਾ ਜਾਂ ਬਣ ਜਾਣਾ, ਪਰ ਯਾਰ ਇਹ ਕਦੇ ਨਾ ਕਦੇ ਜਾ ਕੇ ਇਸ ਚੀਜ਼ ਦੀ ਲੋਕੀ ਕਹਿਣਗੇ, ਅਸੀਂ ਯਾਰ ਉਸ ਬੰਦੇ ਨੇ ਯਾਰ ਅੱਛੀ ਗੱਲ ਨੂੰ ਛੋਇਆ ਸੀ, ਅੱਛੀ ਗੱਲ ਨੂੰ ਛੋਇਆ ਸੀ, ਇਹ ਇੰਨੀ ਕੁ ਗੱਲ ਹੈ ਵਾਕਈ। ਅਤੇ ਭਾਅ ਜੀ ਹੁਣ ਮੈਂ ਚਾਹੁੰਦਾ ਕਿ ਇਹ ਤੋਂ ਪਹਿਲਾਂ ਆਪਾਂ ਹੋਰ ਵੀਡੀਓ ਬਾਰੇ ਇਹਦੇ ਗੱਲ ਕਰੀਏ, ਜਾਂ ਵੀ ਕਿੱਦਾਂ ਦਾ ਮਾਹੌਲ ਰਿਹਾ ਸੀਗਾ, ਮੈਂ ਗਾਣਾ ਸੁਣਨਾ ਚਾਹੂੰਗਾ ਜੀ ਪਹਿਲਾਂ ਤੁਹਾਡੇ ਤੋਂ, ਮੈਂ ਸੁਣਾ ਦਿੰਦਾ ਜੀ, ਦੱਸੋ ਕਿਹੜਾ ਗਾਣਾ ਸੁਣਾਉਂ, ਹੀਲਾ ਹੀਲਾ ਸੁਣਾ ਦਿੰਦਾ ਜੀ ਕੋਈ ਗੱਲ ਨਹੀਂ, ਜਿਉਂਦੇ ਜੀ ਹਰ ਬੰਦਾ ਇੱਥੇ ਸੌ ਸੌ ਕਰਦਾ ਹਿੱਲਾ, ਜਿਉਂਦੇ ਜੀ ਹਰ ਬੰਦਾ ਇੱਥੇ ਸੌ ਸੌ ਕਰਦਾ ਹਿੱਲਾ, ਧਰਤੀ ਉੱਤੇ ਹਾਏ ਧਰਤੀ ਉੱਤੇ ਕੋਈ ਵੀ ਪੱਕਾ ਗੱਡ ਨਾ ਸਕਿਆ ਕਿੱਲਾ, ਹਾਣੀਓ ਗੱਡ ਨਾ ਸਕਿਆ ਕਿੱਲਾ, ਬੇਲੀਓ ਗੱਡ ਨਾ ਸਕਿਆ ਕਿੱਲਾ, ਕਿਆ ਬਾਤ ਹੈ, ਬਹੁਤ ਖੂਬ, ਬਹੁਤ ਪਿਆਰਾ। ਅਤੇ ਵੀਡੀਓ ਹੁਣ ਦੱਸੋ ਮੈਨੂੰ ਕਿੱਥੇ ਸ਼ੂਟ ਹੋਈ ਹੈ, ਕਿਹਨਾਂ ਨੇ ਫਿਰ ਇਹ ਅਰੰਜਨ ਅਜ ਮੁੰਡਾ ਕੋਰੀਓਗ੍ਰਾਫਰ ਸੀ ਵੈਸੇ, ਹਾਂਜੀ, ਇਹਨੇ ਵੀਡੀਓ ਕਾਫੀ ਕੀਤੇ ਨੇ, ਸੋ ਮੈਨੂੰ ਚੰਗਾ ਲੱਗਿਆ ਵੀ ਉਹਨੇ ਜਦੋਂ ਕਨਸੈਪਟ ਮੈਂ ਦੱਸਿਆ ਸੀ ਉਹਨੂੰ, ਦੋ ਤਿੰਨ ਉਹਨੂੰ ਦਿੱਤਾ ਸੀਗਾ, ਅੱਛਾ ਤੁਸੀਂ ਦਿੱਤੇ ਕਨਸੈਪਟ, ਹਾਂਜੀ, ਕਿਆ ਬਾਤ ਹੈ, ਉਹਨੇ ਕਿਹਾ ਸੀਗਾ ਵੀ ਇਦਾਂ ਦਾ ਕਰਕੇ ਮੈਨੂੰ ਦਿਖਾ, ਉਹ ਕਹਿੰਦੇ ਯਾਰ ਇਦਾਂ ਦਾ ਕਰਕੇ ਕਰ ਸਕਦੇ, ਮੈਂ ਕਿਹਾ ਚੰਗਾ ਲੱਗਦਾ ਯਾਰ, ਹਾਂਜੀ, ਭਾਜੀ ਨਾਲ ਵੀ ਡਿਸਕਸ ਕੀਤੀ ਸੰਧੂ ਭਾਜੀ ਨਾਲ ਜੀ, ਤੇ ਉਹ ਕਹਿੰਦੇ ਵੀ ਯਾਰ ਇਹ ਅੱਛਾ ਲੱਗ ਰਿਹਾ, ਮੈਂ ਕਿਹਾ ਯਾਰ ਤੂੰ ਕਰ ਸ਼ੂਟ, ਫਿਰ ਅਸੀਂ ਨਵਾਂ ਬਲਾਚੌਰ ਦੇ ਕੋਲ ਜਾ ਕੇ ਕਾਫੀ ਨਦੀ ਜੀ ਦੇਖੀ ਇੱਕ, ਉੱਥੇ ਜਾ ਕੇ ਕਾਫੀ ਵੱਡਾ ਰਾਤ ਦਾ, ਉਹ ਫਿਰ ਉੱਦਾਂ ਵੀ ਪਤਾ ਨਾ ਵੀ ਬੰਦਾ ਵੀ ਗੱਡ ਨਾ ਸਕਿਆ ਕਿੱਲਾ, ਸਹੀ ਹੈ ਵੀ ਉਹ ਫਿਰ ਵੀ ਬੰਦੇ ਦੀ ਅਸਲੀ ਥਾਂ ਹੋਈ ਆ, ਉਹ ਪਿੱਛੇ ਜਿੱਦਾਂ ਚਿਤਾਵਾਂ ਜੀ ਜਲ ਰਹੀਆਂ ਨੇ ਇੱਦਾਂ ਦਾ ਕਰਕੇ ਸਿੰਕ ਕੀਤਾ ਉੱਥੇ ਜਾ ਕੇ, ਉਹ ਸਿਰਫ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਬੰਦਾ ਜਿੱਡਾ ਮਰਜ਼ੀ ਬਣ ਜੇ ਵੀ ਅੰਤ ਇੱਥੇ ਆ, ਅੰਤ ਇੱਥੇ ਹੋਣਾ ਜਾ ਕੇ, ਖਾਲੀ ਹੱਥੀ ਜਾਣਾ, ਖਾਲੀ ਹੱਥੀ ਆਇਆ ਬੰਦਾ, ਖਾਲੀ ਹੱਥੀ ਜਾਣਾ, ਬਿਲਕੁਲ, ਸੋ ਇਹ ਕੋਸ਼ਿਸ਼ ਕੀਤੀ ਸੀ ਦਰਸਾਉਣ ਦੀ, ਤੋ ਲੋਕਾਂ ਨੇ ਪਸੰਦ ਵੀ ਕੀਤਾ, ਚਲੋ ਤੁਸੀਂ ਬਾਖੂਬੀ ਨਿਭਾਇਆ ਜੀ, ਅਤੇ ਉੱਥੇ ਵਿੱਚ ਇੱਕ ਗੱਲ ਹੋਰ ਹੈ, ਜਿੱਥੇ ਵੀਡੀਓ ਦੀ ਗੱਲ ਆਉਂਦੀ ਹੈ ਉੱਥੇ ਫਿਟਨੈਸ ਦੀ ਗੱਲ ਆ ਜਾਂਦੀ ਹੈ, ਲੁਕਸ ਦੀ ਗੱਲ ਆ ਜਾਂਦੀ ਹੈ ਕਿ ਨਹੀਂ। ਸੁਰਜੀਤ ਖਾਨ ਸਾਹਿਬ ਨੇ ਆਪਣੇ ਆਪ ਨੂੰ ਜਿਹੜਾ ਮੇਨਟੇਨ ਰੱਖਿਆ ਇੰਨੇ ਚਿਰਾਂ ਤੋਂ, ਤੁਹਾਡੇ ਫੈਨਸ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਨਹੀਂ, ਅਤੇ ਕਿੱਦਾਂ ਫਿਰ ਆਪਣੇ ਆਪ ਨੂੰ ਫਿੱਟ ਰੱਖਦੇ ਹੋ, ਕਿਹੜੀ ਇੱਕ ਚੀਜ਼ ਹੈ? ਹੁਣ ਤਾਂ ਮੈਂ ਪਹਿਲਾਂ ਤਾਂ ਮੈਂ ਰਨਿੰਗ ਕਾਫੀ ਕਰਦਾ ਸੀਗਾ ਪਹਿਲਾਂ, ਹਾਂਜੀ, ਘੁੰਮਦਾ ਸੈਰ ਸੂਰ ਕਾਫੀ ਸੀਗੀ ਮੇਰੀ ਜੀ, ਸੋ ਹੁਣ ਅੱਜ ਕੱਲ੍ਹ ਮੈਂ ਜਿੰਮ ਜਾਂਦਾ ਅਤੇ 2 ਘੰਟੇ ਜਿੰਮ ਚਲਾਉਂਦਾ, ਸੋ ਇਸ ਕਰਕੇ ਬਸ ਫਿਟਨੈਸ ਦਾ
ਵਾਕਿਆ ਤੇ ਦੂਜੀ ਗੱਲ ਇਹ ਵੀ ਹੈ ਤੁਹਾਨੂੰ ਅਖਾੜਿਆਂ ਦਾ ਤੁਸੀਂ ਵੀ ਗੱਲ ਕਰੀਏ ਵੀ ਬਾ ਕਮਾਲ ਤੁਸੀਂ ਅਖਾੜੇ ਲਾਉਂਦੇ ਹੋ ਅਖਾੜਿਆਂ ਤੁਹਾਨੂੰ ਬਹੁਤ ਸਰਾਇਆ ਜਾਂਦਾ ਕਿਉਂਕਿ ਤੁਸੀਂ ਖੁੱਲ੍ਹਾ ਗਾਉਣ ਵਾਲੇ ਬੰਦੇ ਹੋ ਬਹੁਤ ਕੋਈ ਚੱਕਰਾਂ 'ਚ ਨਹੀਂ ਪੈਂਦੇ ਹੈਗੇ ਬਹੁਤ ਕਹਿੰਦੇ ਵੀ ਵੀ ਖੁੱਲ੍ਹਾ ਗਾਉਣਾ ਮੈਂ ਤਾਂ ਕਹਿੰਦੇ ਪੰਜਾਬ ਦੇ ਵਿੱਚ ਤੁਸੀਂ ਗੁਰਜੀਤ ਭਾਈ ਇੱਕ ਦੇਖ ਲਓ ਜੀ ਪੰਜਾਬ ਦੇ ਵਿੱਚ ਜਿਹੜੇ ਖੁੱਲ੍ਹੀ ਆਵਾਜ਼ ਹੈ ਨਾ ਹਾਂਜੀ ਉਹਨੂੰ ਬਹੁਤ ਛੇਤੀ ਪ੍ਰਵਾਨ ਕੀਤਾ ਜਾਂਦਾ ਇਹ ਵੀ ਗੱਲ ਸਹੀ ਹੈ ਬਹੁਤ ਜ਼ਿਆਦਾ ਬਿਲਕੁਲ ਕਿਉਂਕਿ ਜਿਹੜਾ ਕੰਮ ਤੁਸੀਂ ਜੋਸ਼ ਨਾਲ ਕਰਦੇ ਹੋ ਨਾ ਪੰਜਾਬ ਦੇ ਵਿੱਚ ਉਹ ਪੰਜਾਬੀਆਂ ਦੀ ਸਾਡੇ ਬਲੱਡ 'ਚ ਆਏ ਅਗਲਾ ਕਹਿੰਦਾ ਯਾਰ ਇਹ ਹੋਈ ਗੱਲ ਹੁਣ ਹਾਂ ਇਹ ਸਾਡੀ ਗੱਲ ਹੈ ਉਹ ਚੀਜ਼ ਨੂੰ ਲੋਕੀ ਸਹੀ ਜ਼ਿਆਦਾ ਅੱਛਾ ਪਹਿਲਾ ਅਖਾੜਾ ਜ਼ਿੰਦਗੀ ਦਾ ਸਭ ਤੋਂ ਪਹਿਲਾ ਅਖਾੜਾ ਕਿਹੜੀ ਜਗ੍ਹਾ ਲਾਇਆ ਸੀਗਾ ਜਿੱਥੇ ਮਤਲਬ ਕਹਿੰਦਾ ਬੱਲੇ 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 ਤਾਂ ਹੋਣੀ ਹੋ ਸੀ ਜਦੋਂ ਸੁਰਜੀਤ ਖਾਨ ਸਾਹਿਬ ਪਹੁੰਚ ਗਿਆ ਕਿਹੜਾ ਕਿਹੜਾ ਅਖਾੜਾ ਸੀ ਗੁਰਜੀਤ ਭਾਈ ਪਹਿਲਾਂ ਤਾਂ ਮਤਲਬ ਜਿੱਦਾਂ ਮੈਨੂੰ ਮੈਂ ਛੋਟੇ ਮੋਟੇ ਟੂਰਨਾਮੈਂਟਾਂ ਦੇ ਮੈਂ ਖੇਡਣ ਖੁੱਣ ਜਾਂਦਾ ਸੀਗਾ ਸੋ ਮੈਨੂੰ ਇੱਦਾਂ ਕਰਕੇ ਨਾ ਅੱਗੇ ਤੋਂ ਗਾਂਹ ਫਿਰ ਮੈਨੂੰ ਲੋਕੀ ਲੱਗੇ ਕਹਿਣੇ ਯਾਰ ਤੂੰ ਸਾਡੇ ਉੱਥੇ ਵੀ ਗਾ ਦੀ ਯਾਰ ਦੋ ਗਾਣੇ ਪਲੀਜ਼ ਯਾਰ ਅੱਛਾ ਜੀ ਸੋ ਇੱਦਾਂ ਮੈਨੂੰ ਬਣਦਾ ਬਣਦਾ ਫਿਰ ਮੈਂ ਬਹੁਤ ਕਾਲਜ ਦੇ ਵਿੱਚ ਜਦੋਂ ਪਲੱਸ ਟੂ ਦੇ ਵਿੱਚ ਮੈਂ ਗੌਰਮੈਂਟ ਕਾਲਜ ਡੇਰਾ ਵਸੀ ਪੜਿਆ ਜੀ ਪਹਿਲਾਂ ਪਲੱਸ ਟੂ ਅੱਛਾ ਜੀ ਸੋ ਫਿਰ ਮੈਂ ਬੀ ਏ ਦੇ ਵਿੱਚ ਮੈਂ ਖਾਲਸਾ ਕਾਲਜ ਚੰਡੀਗੜ੍ਹ 26 ਸੈਕਟਰ ਦੇ ਵਿੱਚ ਮੈਂ ਉੱਥੇ ਠੀਕ ਹੈ ਪੜ੍ਹਦਾ ਰਿਹਾ ਹਾਂਜੀ ਸੋ ਜਦੋਂ ਉੱਥੇ ਮੈਂ ਫੰਕਸ਼ਨ ਹੋਇਆ ਅਤੇ ਉਦੋਂ ਮੈਨੂੰ ਗੀਤਾਂ ਦੇ ਵਿੱਚ ਲੋਕ ਗੀਤਾਂ 'ਚ ਫਸਟ ਪ੍ਰਾਈਜ਼ ਮਿਲਿਆ ਫਿਰ ਮੈਂ ਅੱਗੇ ਕਾਲਜ ਵੱਲੋਂ ਜਾਣ ਲੱਗ ਗਿਆ ਜੀ ਯੂਨੀਵਰਸਿਟੀ ਦੇ ਉੱਥੇ ਫਿਰ ਮੈਂ ਕਾਫੀ ਮੈਂ ਮਤਲਬ ਇੱਦਾਂ ਮਿਰਜ਼ਾ ਮੁਰਜ਼ਾ ਜਿੱਦਾਂ ਗਾਉਂਦਾ ਸੀਗਾ ਜੀ ਸੋ ਉਹਦੇ ਵਿੱਚ ਮੈਨੂੰ ਫਿਰ ਕਾਫੀ ਲੋਕੀ ਪਸੰਦ ਕਰਦੇ ਖੁੱਲ੍ਹੀ ਆਵਾਜ਼ ਕਰਕੇ ਲਾ ਲਓ ਜਾਂ ਮਾਲਕ ਦੀ ਕਿਰਪਾ ਸੀਗੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਯਾਰ ਮੇਰਾ ਮੁੱਝ ਮੈਂ ਕੁਛ ਨਹੀਂ ਇਹ ਤਾਂ ਹੈ ਭਾਜੀ ਪਰ ਜਦੋਂ ਪਹਿਲੀ ਵਾਰ ਪੈਸੇ ਮਿਲੇ ਮਤਲਬ ਕਿ ਨਾ ਪ੍ਰੋਫੈਸ਼ਨਲੀ ਤੁਸੀਂ ਅਖਾੜਾ ਲਾਇਆ ਉਹ ਐਕਸਪੀਰੀਅੰਸ ਕਿਹੋ ਜਿਹਾ ਸੀਗਾ ਮੈਂ ਤਾਂ ਪੁੱਛ ਰਿਹਾ ਕਿਉਂਕਿ ਤੁਸੀਂ ਅਖਾੜਿਆਂ ਦੇ ਬਾਦਸ਼ਾਹ ਬੜਾ ਬੜਾ ਗੁੱਡ ਲੱਗਿਆ ਜੀ ਸਭ ਤੋਂ ਪਹਿਲਾਂ ਜਦੋਂ ਫਿਰ ਮੈਂ ਮੇਰੀ ਚਰਚਾ ਲੱਗੀ ਨਾ ਕਾਲਜ ਤੋਂ ਬਾਅਦ ਹੁਣ ਵੀ ਯਾਰ ਇਹ ਮੁੰਡਾ ਗਾਉਂਦਾ ਸੋ ਜਦੋਂ ਮੈਂ ਪਹਿਲੀ ਐਲਬਮ ਕੀਤੀ ਤੇ ਕੈਟਰਕ ਕੰਪਨੀ ਦੀ ਉਦੋਂ ਬਿੰਦਰ ਕੇ ਭਾਈ ਦੀ ਟੇਪ ਆਈ ਸੀ ਜੁਗਨੀ ਗਾਇਆ ਸੀ ਇਹਦੇ ਚ ਹੇਕ ਲਾਈ ਸੀ ਉਹਨਾਂ ਨੇ ਬਹੁਤ ਵੱਡੀ ਹਾਂਜੀ ਹੈ ਨਾ ਜੀ 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 ਉਦੋਂ ਮੈਂ ਤਾਂ ਹਲਕਾ ਸੀਗਾ ਛੋਟਾ ਉਹ ਮੇਰੇ ਤੋਂ ਸੀਨੀਅਰ ਸੀ ਨਾ ਤੇ ਜਦੋਂ ਆਈ ਤੇ ਅਸੀਂ ਵੀ ਆਪਣੀ ਟੇਪ ਕੀਤੀ ਤੇ ਜਦੋਂ ਮੇਰੀ ਹੱਸਿਆ ਨਾ ਕਰ ਇੱਕ ਸ਼੍ਰੀ ਕੰਪਨੀ ਸੀ ਪਾਤੜਾਂ ਸਮਾਣਾ ਦੀ ਉੱਥੇ ਕੀਤੀ ਟੇਪ ਤੇ ਉਹ ਮੇਰੇ ਇਲਾਕੇ ਦੇ ਵਿੱਚ ਜਿੱਦਾਂ ਰੋਪੜ ਜ਼ਿਲ੍ਹਾ ਹੋ ਗਿਆ ਪਟਿਆਲਾ ਅੰਬਾਲਾ ਤੇ ਇੱਥੇ ਇਲਾਕੇ ਦੇ ਵਿੱਚ ਬਹੁਤ ਸਪੀਡ ਨਾਲ ਗਈ ਵਾਰ ਬਹੁਤ ਵਿਕੀ ਤੇ ਉੱਥੇ ਚਰਚਾ ਸ਼ੁਰੂ ਹੋ ਗਈ ਜੀ ਕਹਿੰਦੇ ਵੀ ਯਾਰ ਇਹ ਮੁੰਡਾ ਨਵਾਂ ਆਇਆ ਕੋਈ ਦੇਖੋ ਲੱਭੋ ਵੀ ਯਾਰ ਇਹ ਇਹਨੂੰ ਫੜੋ ਤਾਂ ਗੌਰਵ ਤਰੇਨ ਉਦੋਂ ਮੈਨੂੰ ਯਾਦ ਹੈ ਉਹ ਟੇਪ ਦੇ ਵਿੱਚ ਜਦੋਂ ਉਹਨੇ ਮੈਨੂੰ ਪੈਸੇ ਆਫਰ ਕੀਤੇ ਜੀ ਇੰਨੇ ਪੈਸੇ ਦੇਣੇ ਤੇਰੀ ਰਿਕਾਰਡਿੰਗ ਕਰਨੀ ਹੈ ਅੱਛਾ ਜੀ ਉਹ ਮੈਂ ਘਰਦਿਆਂ ਨੂੰ ਦੱਸਿਆ ਜਾ ਕੇ ਮੈਨੂੰ ਤਾਂ ਇੰਨੇ ਪੈਸੇ ਦੇਣੇ ਉਹ ਕਹਿੰਦਾ ਕਿਹੜਾ ਦੇ ਦੋ ਤੁਹਾਨੂੰ ਪੈਸੇ ਯਾਰ ਕਮਾ ਲਈ ਤੁਹਾਨੂੰ ਪੈਸੇ ਮਿਲਦੇ ਹਾਂਜੀ ਸੋ ਮੈਂ ਉਹਨੂੰ ਦੱਸਿਆ ਮੈਂ ਐਡਵਾਂਸ ਆਇਆ ਮੇਰੇ ਕੋਲ ਉਹ ਕਹਿੰਦੇ ਯਾਰ ਕਮਾਲ ਹੋ ਗਈ ਫਿਰ ਉਹਨਾਂ ਨੂੰ ਲੱਗਣ ਲੱਗਿਆ ਅਦਰਵਾਈਜ਼ ਤਾਂ ਘਰ ਦੇ ਇੱਦਾਂ ਕਹਿੰਦੇ ਸੀ ਕਿਹੜੇ ਚੱਕਰਾਂ 'ਚ ਪੈ ਗਿਆ ਕਿੱਥੋਂ ਕਮਾਈ ਹੋਣੀ ਇੱਥੇ ਆ ਵਿਹਲਿਆਂ ਦਾ ਕੰਮ ਹੈ ਕਈ ਵਾਰ ਇੱਦਾਂ ਸ਼ੁਕਰ ਵੀ ਸੀਗਾ ਜੀ ਜੀ ਪਰ ਮਾਲਕ ਦੀ ਬੜੀ ਮਿਹਰ ਰਹੀ ਹੈ ਜੀ ਪਰ ਮੈਨੂੰ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਚੰਗੇ ਗਾਣੇ ਮਿਲਦੇ ਗਏ ਚੰਗੇ ਲੋਕੀ ਜੁੜਦੇ ਨੇ ਮੇਰੀ ਹੁਣ ਥਿੰਕਿੰਗ ਇਹਨਾਂ ਦੇ ਹੋ ਗਈ ਕਿ ਯਾਰ ਵੀ ਕੱਚਾ ਗਾਣਾ ਨਹੀਂ ਕੋਈ ਗਾਉਣਾ ਮੇਰੇ ਆਪਾਂ ਜ਼ਮੀਰ ਨਹੀਂ ਮੰਨਦਾ ਬਿਲਕੁਲ ਭਾਜੀ ਬਿਲਕੁਲ ਤੁਹਾਡੀ ਇੱਕ ਇਮੇਜ ਇੱਦਾਂ ਦੀ ਬਣ ਚੁੱਕੀ ਹੈ ਜੀ ਹੁਣ ਕਹਿੰਦੇ ਵੀ ਇੱਕ ਚੰਗੀ ਗਾਇਕੀ ਜਿਹੜੀ ਸੁਣਨੀ ਆ ਤਾਂ ਸੁਰਜੀਤ ਖਾਨ ਸਾਹਿਬ ਕੋਲ ਸੁਣ ਸਕਦੇ ਹਾਂ ਆਪਾਂ ਗੁਰਜੀਤ ਭਾਈ ਉਸ ਤੋਂ ਬਾਅਦ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਗਾਣਾ ਕਿੰਨਾ ਹਿੱਟ ਗਿਆ ਮੇਰਾ ਜਿੰਦ ਸਾਡੀ ਮੰਗ ਨਹੀਂ ਬਾਲੀ ਸੱਗੂ ਨੇ ਕੀਤਾ ਫਿਰ ਤੁਸੀਂ ਲਾਲ ਹੁਸਨ ਹੌਸਲੇ ਬੁਲੰਦ ਰੱਖੀ ਕਾਫੀ ਜ਼ਿਆਦਾ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਵਾਕਈ ਸਹੀ ਸੋ ਇਸੇ ਕਰਕੇ ਆ ਕਿ ਮੈਂ ਤਾਂ ਚਾਹੁੰਦਾ ਵੀ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਇੱਕਦਮ ਉਹ ਚੜਾ ਦਿਓ ਜੀ ਬਹੁਤ ਉੱਪਰ ਪਰ ਸੁਰ ਚਾਹੀਦਾ ਹਾਂ ਤੇ ਫਿਰ ਕਿਹੜਾ ਰੰਗ ਪੇਸ਼ ਕਰੂੰਗਾ ਜੀ ਮੈਂ ਰੰਗ ਪੇਸ਼ ਕਰ ਦਿੰਦਾ ਕੋਈ ਵੀ ਮੈਂ ਤਾਂ ਸੁਣਾ ਦੇਣਾ ਤੁਹਾਨੂੰ ਗਾਣਾ ਆਉਣ ਦੋ ਜੀ ਫਿਰ ਆਪਾਂ ਹਾਂਜੀ ਸੋ ਇੱਕ ਮੇਰਾ ਪਿੱਛੇ ਜੇ ਇੱਥੇ ਗਾਣਾ ਮੂਵੀ ਬਾਕਸ ਨਾਲ ਰਿਲੀਜ਼ ਕੀਤਾ ਉੱਥੇ ਇੱਥੇ ਰਿਲੀਜ਼ ਨਹੀਂ ਹੋ ਸਕਿਆ ਮੈਂ ਬਾਹਰ ਸੀਗਾ ਉਦੋਂ ਓਕੇ ਕੈਨੇਡਾ ਸੀਗਾ ਬਹੁਤ ਅੱਛਾ ਲੱਗਦਾ ਗਾਣਾ ਬਲਬੀਰ ਸੂਫੀ ਨਾਲ ਲਿਖਿਆ ਹੋਇਆ ਜੀ ਅਹਿਮੇ ਰੁੱਸ ਰੁੱਸ ਬਹਿਨਾ ਏ ਬਹਾਨਿਆਂ ਦੇ ਨਾਲ ਅਹਿਮੇ ਰੁੱਸ ਰੁੱਸ ਬਹਿਨਾ ਏ ਬਹਾਨਿਆਂ ਦੇ ਨਾਲ ਕਦੀ ਨਿਭਦੇ ਨਾ ਪਿਆਰ ਯਾਰਾ ਤਾਨਿਆਂ ਦੇ ਨਾਲ ਐਵੇਂ ਰੁੱਸ ਰੁੱਸ ਬਹਿਨਾ ਏ ਰੁੱਸ ਰੁੱਸ ਬਹਿਨਾ ਏ ਸੋ ਦੋਸਤੋ ਸੁਰਜੀਤ ਖਾਨ ਸਾਹਿਬ ਨਾਲ ਬਹੁਤ ਪਿਆਰੀਆਂ ਇੱਥੇ ਗੱਲਾਂ ਆਪਾਂ ਕਰ ਰਹੇ ਹਾਂ ਅਤੇ ਇਹ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਅਤੇ ਇਹਨਾਂ ਦੇ ਲੇਟੈਸਟ ਟਰੈਕ ਕੈਂਠੇ ਵਾਲਿਆ ਗੱਭਰੂਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਜੀ ਬਸ ਹੁਣੇ ਗਏ ਅਤੇ ਹੁਣੇ ਹਾਜ਼ਰ ਹੋ ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ
ਬ੍ਰੇਕ ਤੋਂ ਬਾਅਦ ਮਿੱਤਰੋ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀ ਟੀ ਸੀ ਸ਼ੋਕੇਸ ਦੇ ਵਿੱਚ ਅਤੇ ਮੁਲਾਕਾਤ ਆਪਾਂ ਕਰ ਰਹੇ ਜੀ ਸੁਰਜੀਤ ਖਾਨ ਸਾਹਿਬ ਨਾਲ। ਸੁਰਜੀਤ ਖਾਨ ਭਾਅ ਜੀ ਬੜੀਆਂ ਪਿਆਰੀਆਂ ਤੁਹਾਡੇ ਗੱਲਾਂ ਵੱਲੋਂ ਸੁਣਨ ਨੂੰ ਮਿਲਦੀਆਂ ਨੇ, ਅਖਾੜਿਆਂ ਦਾ ਲੁਤਫ ਇੱਥੇ ਬੈਠੇ ਬੈਠੇ ਮੈਂ ਤਾਂ ਚੱਕ ਰਿਹਾ ਜੀ ਕਿ ਨਹੀਂ, ਮੈਨੂੰ ਉਦੋਂ ਬਹੁਤ ਸਵਾਦ ਨਾਲ ਜਦੋਂ ਬੈਠੇ ਬੈਠੇ ਤੁਸੀਂ ਅਖਾੜੇ ਵਿੱਚ ਪਹੁੰਚ ਜਾਂਦੇ ਹੋ ਕਿ ਨਹੀਂ, ਜਦੋਂ ਵੀ ਕਦੇ ਇੱਦਾਂ ਇੰਟਰਵਿਊ ਕਰਨ ਦਾ ਜਾਂ ਤੁਹਾਡੇ ਵਰਗੇ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਦਾ ਤਾਂ ਰੂਹ ਕਹਿੰਦੇ ਨਾ ਇਹ ਨਜ਼ਾਰੇ ਸਰਸ਼ਾਰ ਹੋ ਜਾਂਦੀ ਹੈ। ਮੇਰਾ ਗੁੱਡ ਲੱਕ ਯਾਰ, ਮੈਂ ਤਾਂ ਪੀ ਟੀ ਸੀ ਵਾਲਿਆਂ ਨੂੰ ਵੀ ਦੱਸਣਾ ਚਾਹੁੰਦਾ, ਤਾਂ ਗੁਆਂਢੀ ਆ ਸਾਡਾ ਯਾਰ, ਮਰਿੰਡਾ ਤੇ ਸਾਡੇ ਤਾਂ ਉਹਦੇ 'ਚ ਫਰਕ ਹੀ ਨਹੀਂ ਕੋਈ ਹੈਗਾ। ਵਾਕਈ ਸਹੀ ਗੱਲ ਹੈ ਜੀ, ਹਾਂਜੀ ਹਾਂ, ਅਤੇ ਉਹ ਹੋਰ ਵੀ ਇੱਕ ਨੇੜਤਾ ਬਣ ਜਾਂਦੀ ਹੈ ਆਪਣੀ, ਬਣ ਗਈ। ਚਲੋ ਉਦਾਂ ਤੁਸੀਂ ਸਾਰਿਆਂ ਦੇ ਹਰਮਨ ਪਿਆਰੇ ਹੋ, ਕਿਉਂਕਿ ਅਲੱਗ ਅਲੱਗ ਕਲਾਕਾਰਾਂ ਨੂੰ ਤੁਸੀਂ ਬਿਲਕੁਲ ਬਿਲਕੁਲ ਪੰਜਾਬੀ ਤੱਕ ਪਹੁੰਚਾ ਰਹੇ ਹੋ। ਪੀ ਟੀ ਸੀ ਦਾ ਧੰਨਵਾਦ ਹੈ, ਖੁਸ਼ਕਿਸਮਤੀ ਹੈ ਜੀ, ਧੰਨਵਾਦ ਸਾਰਾ ਦਾ ਇਹਨਾਂ ਦਾ ਹੀ ਹੈ। ਵਾਕਈ ਵਾਕਈ ਬੈਠੇ ਬੈਠੇ ਸਾਰਿਆਂ ਨਾਲ ਮੁਲਾਕਾਤ ਹੋ ਜਾਂਦੀ ਹੈ, ਅਤੇ ਗੱਲ ਹੋਣਾ ਵੀ ਕੈਂਠੇ ਵਾਲਾ ਗੱਭਰੂ। ਕੈਂਠੇ ਵਾਲਾ ਗੱਭਰੂ ਬਹੁਤ ਖੂਬਸੂਰਤ ਹੈ ਜੀ, ਗਾਣਾ ਤੁਸੀਂ ਦੇਖ ਹੀ ਰਹੇ ਹੋ, ਬਹੁਤ ਹੀ ਪਿਆਰਾ ਗੀਤ ਚੱਲ ਰਿਹਾ ਜੀ ਇਹ, ਤਾਂ ਇਹਦੇ ਗਾਣੇ ਬਾਰੇ ਦੱਸੋ ਵੀ ਇਹ ਗਾਣਾ ਕਿੱਦਾਂ ਫਿਰ ਕੰਪੋਜ਼ ਹੋਇਆ? ਇਹ ਵੀ ਹਾਂਜੀ ਸ਼ਮਸ਼ੇਰ ਸੰਧੂ ਭਾਈ ਦਾ ਲਿਖਿਆ ਜੀ ਜੀ। ਸੋ ਇਹਦੇ 'ਚ ਮਿਊਜ਼ਿਕ ਹੈਗਾ ਜੀ ਅਮਨ ਹੇਰ ਦਾ। ਸੋ ਗਾਣਾ ਬਹੁਤ ਅੱਛਾ ਹੈ, ਮੈਂ ਮੁਖੜਾ ਸੁਣਾ ਦਿੰਦਾ ਇਹਦਾ ਵੀ। ਹਾਂਜੀ ਹਾਂ ਬਿਲਕੁਲ ਸੁਣਾਂਗੇ ਆਪਾਂ। ਸੋ ਅਖਾੜਾ ਲੱਗਿਆ ਸੁਰਜੀਤ ਖਾਨ ਸਾਹਿਬ ਦਾ, ਨਾਲੇ ਖੁੱਲੇ ਅਖਾੜੇ ਵਾਲੇ ਤਾਂ ਤੁਸੀਂ ਉਹ ਨਹੀਂ, ਨਾਲੇ ਮੈਂ ਤਾਂ ਹੋਰ ਵੀ ਕਹਿੰਦਾ ਵੀ ਗੱਲਾਂ ਘੱਟ ਕਰ ਲਈ, ਗਾਣੇ ਗਾਣੇ ਨੂੰ ਗਾਉਣਾ ਮੇਰਾ ਪੇਸ਼ਾ ਕੋਈ ਚੱਕਰ ਨਹੀਂ। ਵਾਕੇ 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 ਸਵਾਦ ਹੀ ਇਹਦੇ 'ਚ। ਸੋ ਮੈਂ ਸੁਣਾ ਦਿੰਦਾ ਜੀ ਮੁਖੜਾ ਦਾ ਗਾਣੇ ਦਾ, ਬਹੁਤ ਖੂਬਸੂਰਤ ਹੈ ਭਾਅ ਜੀ ਨਾਲ, ਇਹ ਵੀ ਕਲਚਰਲ ਸੌਂਗ ਹੈ ਨਾ। ਹੋ ਆ ਗਿਆ ਤੇਰੇ ਤੇ ਦਿਲ ਵੇ ਕੈਂਠੇ ਵਾਲਿਆ ਗੱਭਰੂਆ, ਆ ਗਿਆ ਤੇਰੇ ਤੇ ਦਿਲ ਵੇ ਕੈਂਠੇ ਵਾਲਿਆ ਗੱਭਰੂਆ, ਦਿਲ ਵਿੱਚ ਹੋ ਗਈ ਝਿਲ ਮਿਲ ਵੇ ਕੈਂਠੇ ਵਾਲਿਆ ਗੱਭਰੂਆ, ਚਰੀਆਂ 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 ਚਰੀਆਂ, ਮੈਂ ਅੱਖੀਆਂ ਮੋੜ ਰਹੀ ਮੈਂ ਅੱਖੀਆਂ ਮੋੜ ਰਹੀ, ਨਾ ਮੁੜੀਆਂ ਜਾ ਲੜੀਆਂ, ਮੈਂ ਅੱਖੀਆਂ ਮੋੜ ਰਹੀ ਨਾ ਮੁੜੀਆਂ ਜਾ ਲੜੀਆਂ। ਹਾਏ ਕੀ ਬਾਤ ਹੈ, ਮੈਂ ਭੰਗੜੇ ਪਾਉਣ ਨੂੰ ਜੀ ਕਰਿਆ ਸੀ ਮਾੜਾ ਜਿਹਾ, ਮੈਂ ਕਿਹਾ ਇਹ ਥੋੜ੍ਹਾ ਥੋੜ੍ਹਾ ਬੈਠੇ ਬੈਠੇ ਹਿੱਲ ਲਈ ਇੱਥੋਂ ਦੀ ਨਾ। ਤਾਂ ਇਹਦਾ ਵੀਡੀਓ ਕਿੱਥੇ ਸ਼ੂਟ ਹੋਇਆ? ਇਹ ਵੀ ਉਹਨਾਂ ਨੇ ਜਿਹੜਾ ਇਹ ਮੈਂ ਦੱਸ ਦਿੰਦਾ, ਇਹਦੇ ਵਿੱਚ ਵੀ ਇੱਕ ਗੱਲ ਹੈ, ਅਤੇ ਇਹ ਕੀਤਾ ਜੀ ਪਟਿਆਲੇ ਦੇ ਮੁੰਡੇ ਨੇ, ਅੱਛਾ ਅਬੇ ਸਿੰਘ ਆਪਦੇ ਮੁੰਡੇ ਦਾ ਨਾਂ। ਓਕੇ, ਸੋ ਇਹ ਜਦੋਂ ਅਸੀਂ ਗਾਣਾ ਸ਼ੂਟ ਕਰਨ ਲੱਗੇ, ਇੱਕ ਪਿੰਡ ਪੈਂਦਾ ਜੀ ਪਟਿਆਲੇ ਕੋਲ ਮਾੜੂ, ਅੱਛਾ ਜੀ, ਅਸੀਂ ਉੱਥੇ ਗਏ ਜਾ ਕੇ ਅਤੇ ਸਰਪੰਚ ਸਾਹਿਬ ਦੇ ਘਰੇ, ਸਰਪੰਚ ਸਾਹਿਬ ਨੇ ਫੋਨ ਕਰਕੇ ਲਾਇਆ ਅਤੇ ਫੋਨ 'ਤੇ ਅੱਗੇ ਗੱਲ ਹੁੰਦੀ ਹੈ ਜੀ। ਮੈਂ ਕਿਹਾ ਬਾਈ ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ? ਕਹਿੰਦਾ ਬਾਈ ਮੈਂ ਗੁਰਲਾਲ ਬੋਲਦਾ ਕਬੱਡੀ ਵਾਲਾ। ਅੱਛਾ ਜੀ। ਮੈਂ ਕਿਹਾ ਬਾਈ ਗੁਰਲਾਲ ਘਨੌਰ? ਹਾਂ। ਕਹਿੰਦਾ ਬਾਈ ਹਾਂ। ਮੈਂ ਕਿਹਾ ਘਨੌਰ? ਮੈਂ ਕਿੱਥੇ ਹੋ ਬਾਈ? ਮੈਂ ਘਨੌਰ ਨੇੜੇ, ਘਨੌਰ ਦੇ ਲਾਗੇ ਪਿੰਡ ਆ, ਗੁਰਲਾਲ ਬਾਈ ਦੇ ਨਾਲ ਲੱਗਦਾ ਵੀ ਗੁਰਲਾਲ ਘਨੌਰ ਹੈ ਨਾ। ਜੀ 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 ਬਿਲਕੁਲ ਬਿਲਕੁਲ। ਸੋ ਮੈਨੂੰ ਤਾਂ ਇਹ ਸੀ ਵੀ ਗੁਰਲਾਲ ਬਾਈ ਦਾ ਘਨੌਰ ਪਿੰਡ ਆ। ਉਹ ਕਹਿੰਦਾ ਨਹੀਂ ਯਾਰ, ਕਹਿੰਦਾ ਮੇਰਾ ਪਿੰਡ ਦਾ, ਕਹਿੰਦਾ ਮੈਂ ਕਿਹਾ ਵੀ ਪਿੰਡ, ਮੈਂ ਯਾਰ ਨੇੜੇ ਤੇੜੇ ਹੀ ਆ, ਕਿੰਨੀ ਕੁ ਦੂਰ ਬੈਠੇ ਹੋ? ਕਹਿੰਦਾ ਨਹੀਂ, ਕਹਿੰਦਾ ਮੈਂ ਤਾਂ ਪਿੰਡ 'ਚ ਹੀ ਬੈਠਾ। ਮੈਂ ਪਿੰਡ ਕਿੰਨੀ ਕੁ ਦੂਰ ਪੈਂਦਾ ਇੱਥੋਂ ਜਿੱਥੇ ਅਸੀਂ ਬੈਠੇ ਹਾਂ? ਕਹਿੰਦਾ ਨਹੀਂ ਇਹੀ ਪਿੰਡ ਆ ਮੇਰਾ। ਮੈਂ ਕਿਹਾ ਯਾਰ ਕਮਾਲ ਆ। ਅੱਛਾ ਜੀ। ਮੈਂ ਕਿਹਾ ਫਿਰ ਤਾਂ, ਕਹਿੰਦਾ ਬਾਈ ਮੈਂ ਆਉਂਦਾ ਇੱਧਰ ਨੂੰ, ਬਾਈ ਆਇਆ ਸੋ ਬੜਾ ਚੰਗਾ ਲੱਗਿਆ। ਵੈਰੀ ਨਾਈਸ ਭਾਜੀ। ਹਾਂਜੀ। ਸੋ ਮੈਂ ਕਬੱਡੀ ਦਾ ਪ੍ਰਸ਼ੰਸਕ ਵੀ ਹਾਂ ਔਰ ਉਪਾਸ਼ਕ ਵੀ ਬਹੁਤ ਹਾਂ। ਜੀ ਜੀ। ਮੈਨੂੰ ਚੰਗਾ ਲੱਗਦਾ ਮੈਚ, ਮੈਂ ਕੋਈ ਨਹੀਂ ਛੱਡਿਆ, ਮੈਨੂੰ ਸਾਰਾ, ਮੈਂ ਕਹਿੰਦਾ ਵੀ ਪਤਾ ਨਹੀਂ ਕਿੰਨੀ ਕਿੰਨੀ ਵਾਰ ਕੱਢ ਕੇ ਦੇਖਿਆ ਉਹਨੇ। ਅੱਛਾ, ਮੈਚ ਦੇਖਦੇ ਹੋ ਤੇ ਮੈਚਾਂ ਵਿੱਚ ਅਖਾੜੇ ਵੀ ਲਾਉਂਦੇ ਹੋ? ਅਖਾੜੇ ਵੀ ਲਾਉਂਦੇ ਆ। ਹਾਂ, ਦੋਨੇ ਕੰਮ ਨਾਲ ਦੀ ਨਾਲ ਚੱਲਦੇ। ਮੈਂ ਗਾਇਆ ਸੀਗਾ ਗਾਣਾ ਕਬੱਡੀ ਦਾ। ਅੱਛਾ। ਉਹ ਗਾਣਾ ਸੀਗਾ ਕਹਿੰਦੇ ਖੇਡਾਂ ਵਿੱਚੋਂ ਖੇਡ ਕਬੱਡੀ ਸਭ ਖੇਡਾਂ ਦੀ ਰਾਣੀ, ਖੇਡਣ ਲੱਗੇ ਪੰਜਾਬੀ ਪੀ ਕੇ ਪੰਜ ਦਰਿਆ ਦਾ ਪਾਣੀ, ਦਲਿਆਂ ਤੋਂ ਡਾਲਰਾਂ ਤੱਕ ਦੀ ਪਾਈ ਨਵੀਂ ਕਹਾਣੀ, ਮੂੰਹ ਵਿੱਚ ਉਂਗਲਾਂ ਪਾ ਪਾ ਵੇਂਦੇ ਗੋਰੇ ਸਣੇ ਜਪਾਨੀ, ਗੱਭਰੂ ਜਿਉਂ ਚੌਂਟ ਦੇ ਗੰਨੇ ਕੋਈ ਨਾ ਦਿੰਦਾ ਸਾਨੀ, ਓਏ ਕੰਗਣ ਵਰਗੀ ਬਣ ਗਈ ਬਾਡੀ, ਰਿਹਾ ਨਾ ਵਾਧੂ ਪਾਣੀ, ਨੱਚਣ ਕੁੱਦਣ ਮਨ ਕਾ ਚੋ ਸੱਚ ਕਹਿੰਦੀ ਗੁਰਬਾਣੀ। ਵਾਹ ਜੀ ਵਾਹ। ਇਹ ਹੈਡਲਾਈਨਰ ਐਲਬਮ ਦੇ ਵਿੱਚ ਮੇਰਾ ਗਾਣਾ ਸੀਗਾ। ਬਿਲਕੁਲ। ਜਦ ਤੁਰਿਆ ਪਾੜੇ ਤੋਂ ਮਾਰ ਕੇ ਥਾਪੀ ਵੇਖਦੇ ਜਾਫੀ ਨਾਲ ਚਲਾਕੀ, ਮੁੰਡਾ ਆਤਿਸ਼ਬਾਜੀ ਹੈ ਤੇਜ ਤਲਵਾਰ, ਪੌਣੇ ਅਸਵਾਰ ਕੁੱਤਰਮੀ ਦਾਤੀ, ਹੱਥ ਲਾ ਗਿਆ ਗਬਲੇ ਨੂੰ ਪੈ ਗਿਆ ਰੌਲਾ, ਵਾਹ ਜਾਂ ਫਰੀਨੇ, ਫੜਨੇ ਬੜੇ ਔਖੇ ਨੇ, ਉੱਡਣੇ ਸੱਪ ਸਹੇ ਦਾ ਲੱਕ, ਛੇਰ ਦਾ ਨੱਕ, ਕਬੂਤਰ ਚੀਨੇ। ਵਾਹ ਜੀ ਵਾਹ, ਕੀ ਬਾਤ ਹੈ। ਹਾਂਜੀ, ਵੈਰੀ ਨਾਈਸ। ਕਹਿੰਦਾ ਫੜਨੇ ਬੜੇ ਔਖੇ ਨੇ, ਉੱਡਣੇ ਸੱਪ ਸਹੇ ਦਾ ਲੱਕ, ਸ਼ੇਰ ਦਾ ਨੱਕ, ਕਬੂਤਰ ਚੀਨੇ। ਇਹ ਮਾਸਟਰ ਬਲਵੀਰ ਸਿੰਘ ਜੀ ਖੰਨੇ ਕੋਲ ਪਿੰਡ ਪੈਂਦਾ। ਵਾਹ ਕਮਾਲ ਹੈ, ਕਮਾਲ ਲਿਖਿਆ ਜੀ ਉਹਨਾਂ ਨੇ ਗਾਣਾ। ਬਹੁਤ ਹੀ, ਮੈਂ ਕਹਿੰਦਾ ਜੀ ਇਦਾਂ ਦੀ ਗਾਣੇ ਦੀ ਮੈਨੂੰ ਮਤਲਬ ਹੁੰਦਾ ਜੀ ਇਦਾਂ ਦਾ ਮਿਲੇ ਯਾਰ। ਜਿੰਦ ਸਵਾੜਾ ਜੀ ਬਹੁਤ ਕਮਾਲ ਲਿਖਦੇ ਨੇ। ਸਹੀ ਗੱਲ ਹੈ, ਸਹੀ ਗੱਲ। ਜਿੰਦ ਸਵਾੜਾ ਜੀ ਮਾਸਟਰ, ਇਹ ਗਾਣੇ ਦੀ ਉਮਰ ਬਹੁਤ ਲੰਬੀ ਹੈ ਮੇਰੇ ਖਿਆਲ ਚ, ਕਿਉਂਕਿ ਇਹਨਾਂ ਨੂੰ ਜਦੋਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ, ਜਦੋਂ ਮਰਜ਼ੀ ਬੈਠੇ ਬੈਠੇ ਆਪਾਂ ਸੁਣੀਏ ਤਾਂ ਕੰਨਾਂ ਨੂੰ ਇੱਕ ਵਧੀਆ ਸੁਣਨ ਨੂੰ ਚੀਜ਼ ਮਿਲਦੀ ਹੈ, ਸਭ ਤੋਂ ਸਿੱਖਣ ਨੂੰ ਮਿਲਦੀ ਹੈ ਸੁਣਨ ਦੇ ਨਾਲ ਨਾਲ। ਜਦੋਂ ਬਜ਼ੁਰਗ ਆਸ਼ੀਰਵਾਦ ਦਿੰਦੇ ਨੇ ਫਿਰ ਯਾਰ ਸੁਣ ਗਿਆ ਮੁੰਡਿਆ, ਕੀ ਬਾਤ ਹੈ, ਉਹ ਸਵਾਦ ਆ ਜਾਂਦਾ ਉੱਤੇ, ਸਾਰੇ ਸਾਰਾ ਕੁਝ ਪੂਰਾ ਹੋ ਜਾਂਦਾ ਜੀ। ਹਾਂਜੀ, ਜਦੋਂ ਬਜ਼ੁਰਗ ਬੰਦੇ ਆ, ਤੇ ਹੈਡਲਾਈਨਰ ਦਾ ਤੁਸੀਂ ਦੱਸਿਆ ਕਿ ਆਪਣਾ ਹੈਡਲਾਈਨਰ ਦੀ ਵੀ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਨਹੀਂ? ਹਾਂਜੀ, ਇਹ ਉਹਦੇ ਵਿੱਚੋਂ ਹੀ ਗਾਣਾ ਸੀਗਾ। ਵਾਕਈ, ਤੇ ਹੈਡਲਾਈਨਰ ਇਦਾਂ ਦਾ ਇੱਕ ਤੁਹਾਡਾ ਮੇਰੇ ਖਿਆਲ ਨਾਲ ਜੁੜ ਗਈ ਚੀਜ਼, ਜਿੱਤੋਂ ਤੁਸੀਂ ਦੋ ਪਾਰਟ ਅੱਗੇ ਵੀ
ਰਵੀ ਵੱਲ ਨੇ ਇਸ ਦਾ ਨਾਂ ਰੱਖਿਆ ਸੀਗਾ। ਹੈਡਲਾਈਨਰ ਸਾਡੀ ਪਹਿਲੀ ਐਲਬਮ ਦਾ ਨਾਂ ਸੀ ਜਿਹਦੇ 'ਚ ਗਾਣਾ ਬਹੁਤ ਹਿੱਟ ਹੋਈ ਸੀ। ਮੇਰੀ ਸਾਰੀ ਐਲਬਮ ਦੇ ਸਾਰੇ ਗਾਣੇ ਹਿੱਟ ਸੀ ਉਹਦੇ 'ਚ। ਜੁੱਤੀ ਚੂੰ ਚੂੰ ਕਰਦੀ ਆ, ਜੱਟਾਂ ਦੇ ਪੁੱਤ ਮਾੜੇ ਨਹੀਂ ਹੁੰਦੇ, ਮੁੰਡੇ ਚੱਕਣੇ ਨੂੰ ਖੜੇ ਨੇ ਤਿਆਰ, ਹੈ ਨਾ, ਸਾਰੇ ਗਾਣੇ ਮਿੱਤਰਾਂ ਦਾ ਰਹਿੰਦਾ ਸੁਰਖੀਆਂ 'ਚ ਨਾ, ਸਾਰੇ ਗਾਣੇ ਚੱਲੇ ਉਹਦੇ ਗਾਣੇ। ਸਹੀ ਗੱਲ ਹੈ। ਸੋ ਇਹ ਉਹਦਾ ਹੈਡਲਾਈਨਰ ਸੀ। ਉਸ ਤੋਂ ਬਾਅਦ ਹੈਡਲਾਈਨਰ 2 ਬਣਾਤੀ, ਉਹ ਕਹਿੰਦਾ ਵੀ ਇਹਦਾ ਨਾਂ ਹੈਡਲਾਈਨਰ 2 ਹੀ ਰੱਖਣਾ, ਫਿਰ ਹੈਡਲਾਈਨਰ 3 ਰੱਖਦਾ। ਉਹ ਤਿੰਨ ਵਰਜਨ ਬਾਲੀ ਸਗੋਂ ਆਪਣਾ ਸੋਰੀ ਰਵੀ ਵੱਲ ਨੇ ਉਹਨਾਂ ਦਾ ਨਾਂ ਸੀਗਾ ਤੇ ਉਹ ਕਹਿੰਦੇ ਵੀ ਪੈਸੇ ਬੇਨਰ ਥੱਲੇ ਕਰਨਾ। ਮੈਂ ਚਲੋ ਕੋਈ ਗੱਲ ਨਹੀਂ, ਪੁੱਛ ਰਿਹਾ ਬੈਕ ਟੂ ਬੈਕ। ਹੁਣ ਮੈਂ ਤੁਹਾਡੇ ਤੋਂ ਤਾਂ ਬਾਅਦ 'ਚ ਪੁੱਛੂੰਗਾ ਕਿ ਤੁਹਾਡਾ ਤਿੰਨਾਂ ਦੇ ਵਿੱਚੋਂ ਮਤਲਬ ਫੇਵਰੇਟ ਐਲਬਮ ਕਿਹੜੀ ਹੈ ਅਤੇ ਫੇਵਰੇਟ ਗਾਣਾ ਕਿਹੜਾ। ਪਰ ਮੈਨੂੰ ਮੈਂ ਜਿਹੜਾ ਹੁਣ ਸੁਣਦਾ ਜੁੱਤੀ ਚੂੰ ਚੂੰ ਕਰ, ਮੈਂ ਸੁਣਾ ਦਿੰਦਾ ਜੀ ਗਾਣਾ। ਨੈਣ ਨਸ਼ਿਲੇ ਬਾਤਾਂ ਪਾਉਂਦੇ ਨੇ ਮੁਟਿਆਰ ਦੇ, ਬੁੱਲ ਗੁਲਾਬੀ ਕੂਲੇ ਪੱਤ ਕੱਚੀ ਕਚਨਾਰ ਦੇ, ਬੋਚ ਬੋਚ ਪੱਬ ਧਰੇ ਜੂ ਪਰੀ ਉਡਾਰੀ ਭਰਦੀ ਆ, ਜਦ ਤੁਰਦੀ ਮੜਕ ਦੇ ਨਾਲ ਬਈ ਜੁੱਤੀ ਚੂੰ ਚੂੰ ਕਰਦੀ ਆ, ਓਏ ਜੁੱਤੀ ਚੂੰ ਚੂੰ ਕਰਦੀ ਆ, ਬਈ ਜੁੱਤੀ ਚੂੰ ਚੂੰ ਕਰਦੀ ਆ। ਕਿਆ ਬਾਤ ਹੈ ਭਾਜੀ, ਕਿਆ ਬਾਤ ਹੈ, ਬਹੁਤ ਖੂਬ। ਤੁਸੀਂ ਮਤਲਬ ਪੂਰੀ ਰੀਝ ਦੇ ਨਾਲ ਮਤਲਬ ਖੁੱਬ ਕੇ ਗਾਇਆ ਗੀਤ ਹੈ, ਕਹਿੰਦੇ ਸਵਾਦ ਹੀ ਵੱਖਰਾ ਸੀ। ਯਾਰ ਬੜਾ ਦਿੱਤਾ ਜੀ ਲੋਕਾਂ ਨੇ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜੋ ਤੁਹਾਡੇ ਵਰਗੇ ਭਰਾ ਕਹਿ ਦਿੰਦੇ ਨੇ ਵੀ ਯਾਰ ਬਹੁਤ ਖੁੱਬ ਕੇ ਗਾਇਆ, ਨਹੀਂ ਵਾਕਈ, ਪਰ ਮੇਰਾ ਦਿਲ ਮੇਰਾ ਸੀਨਾ ਹੋਰ ਚੌੜਾ ਹੋ ਜਾਂਦਾ ਵੀ ਬਸ ਹੁਣ ਯਾਰ ਕੀਮਤ ਪੈ ਗਈ ਹੈ ਗਾਣੇ ਦੀ। ਨਹੀਂ ਇਹ ਸੱਚਾਈ ਹੈ, ਕਿਉਂਕਿ ਜਿਹੜੇ ਖੁੱਲ੍ਹੇ ਅਖਾੜਿਆਂ 'ਚ ਗਾਉਂਦੇ ਆ ਉਹ ਉਹਨਾਂ ਦੀ ਗੱਲ ਹੀ ਵੱਖਰੀ ਹੁੰਦੀ ਹੈ, ਤੁਹਾਡੀ ਗੱਲ ਤਾਂ ਬਾ ਕਮਾਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ। ਅੱਛਾ ਇੰਨੇ ਸਾਰੇ ਗੀਤ ਹੈਗੇ ਨਹੀਂ ਤੁਹਾਡੇ ਜਦੋਂ ਸਟਾਰਟਿੰਗ ਬੈਕ ਟੂ ਬੈਕ ਹਿੱਟ ਗੀਤ ਮਤਲਬ ਵਧੀਆ ਸੇਧ ਵਾਲੇ ਗੀਤ ਤੁਹਾਡੇ ਆਏ ਨੇ, ਤੁਹਾਨੂੰ ਕੀ ਲੱਗਦਾ ਕਿਹੜਾ ਇੱਕ ਗੀਤ ਸੀਗਾ ਜਿਹਨੇ ਪਹਿਚਾਣ ਬਣਾਈ ਹੈ ਸੁਰਜੀਤ ਖਾਨ ਦੀ ਪਹਿਲਾਂ? ਮੇਰੇ ਸਭ ਤੋਂ ਪਹਿਲਾਂ ਜੀ ਮੈਂ ਅਸਲੀ ਗੱਲ ਤਾਂ ਮੇਰੀ ਆਹੀ ਹੈ ਵੀ ਜਿਹੜਾ ਜਿੱਦਾਂ ਕਿੱਕਲੀ ਪਾ ਕੇ ਨੇ ਮੈਨੂੰ ਬਹੁਤ ਪਛਾਣ ਦਿੱਤੀ ਹੈ ਜੀ। ਕਿੱਕਲੀ ਪਾ ਕੇ ਜਦੋਂ ਇੱਕ ਸੀਗਾ ਵੀ ਹੇਕ ਦਾ ਇੱਕ ਸੀਗਾ, ਮੈਨੂੰ ਹੇਕ ਦਾ ਉਹਦੇ 'ਚ ਸੀਗਾ ਨਹੀਂ ਇੱਦਾਂ ਕੁਛ, ਮੈਨੂੰ ਪਤਾ ਵੀ ਹੇਕ ਜਦੋਂ ਲੰਬੀ ਲਾਵਾਂਗੇ। ਸੁਬਿੰਦਰ ਖੀ ਨੇ ਇੱਕ ਵਾਰ ਲਿਖਿਆ ਸੀ ਵੀ 20 ਸੈਕਿੰਡ ਦਾ ਰਿਕਾਰਡ ਸਹੀ ਹੈ ਜੀ, ਹੇਕ ਨਾਲ ਬਹੁਤ ਚਰਚਾ ਹੋ ਗਈ ਸੀ। ਬਿਲਕੁਲ ਬਿਲਕੁਲ, ਮੈਂ ਕਿ ਉਦੋਂ ਚੈਨਲ ਦੇ ਉੱਤੇ 30 ਸੈਕਿੰਡ ਦਾ ਪ੍ਰੋਮੋ ਚੱਲਦਾ ਸੀ, ਹੁਣ ਤਾਂ 10-10 ਸੈਕਿੰਡ ਦੇ 15 ਦੇ ਵੀ ਚੱਲਦੇ ਨੇ, ਉਦੋਂ 30 ਸੈਕਿੰਡ ਦਾ ਚੱਲਦਾ ਸੀ ਜੀ, ਛੋਟੇ ਨਹੀਂ ਚੱਲਦੇ ਸੀ ਵਾਕਿਆ। ਅਸੀਂ ਹੇਕ ਬਣਾਈ, ਮੈਂ ਕਿਹਾ ਵੀ 30 ਸੈਕਿੰਡ ਦਾ ਪ੍ਰੋਮੋ ਕੱਟਣਾ ਸਿਰਫ ਇਕੱਲਾ ਹੇਕ ਦਾ। ਹਾਂਜੀ, ਉਹ ਜਗਮੀਤ ਵੱਲ ਨੇ ਉਦੋਂ ਵੀਡੀਓ ਬਣਾਇਆ ਸੀਗਾ ਉਹਦਾ ਗਾਣੇ ਦਾ, HMB ਤੋਂ ਸਾਰੇ ਗਾਵਾਂ ਤੋਂ ਰਿਕਾਰਡ ਹੋਈ ਸੀ ਐਲਬਮ। ਮੈਨੂੰ ਯਾਦ ਆ ਵਿਕਾਸ ਚੋਪੜਾ ਉਦੋਂ ਉਹਨਾਂ ਦਾ ਹੁੰਦਾ ਸੀਗਾ ਜੀ, ਅਤੇ ਉਹਨਾਂ ਨੇ ਕਿਹਾ ਕਹਿਤਾ ਯਾਰ ਇਸ ਗਾਣੇ 'ਤੇ ਮੇਰਾ ਦਿਲ ਆ ਗਿਆ, ਜਿਤਨੇ ਮਰਜ਼ੀ ਪੈਸੇ ਲੱਗ ਜਾਏ ਇਸ 'ਤੇ ਜਗਮੀਤ, ਜਿਤਨੇ ਮਰਜ਼ੀ ਲੱਗ ਜਾਏ ਪੈਸੇ ਤੋਂ ਯਾਰ ਇਹ ਗਾਣਾ ਮਤਲਬ ਬਣਾ ਦਿਉ, ਮਾਡਲ ਵੀ ਬੰਬੇ ਸੇ ਆਏਗੀ, ਇਸਮੇ ਯੇ ਕਰੇਂਗੇ ਵੋ ਕਰੇਂਗੇ। ਓਕੇ, ਮੈਂ ਕਿਹਾ ਚਲੋ ਠੀਕ ਹੈ, ਮੈਂ ਯਾਰ ਕਮਾਲ ਹੈ। ਸੋ ਜਗਮੀਤ ਵੱਲ ਨੇ ਉਦੋਂ ਬਣਾਇਆ, ਸੋ ਗਾਣਾ ਇਹ ਬਿੰਦਰ ਖੀਏ ਬਾਈ ਦੇ ਪਿੰਡ ਦੇ ਲਾਗੇ ਸੀਗਾ ਖਿਜ਼ਰਾਬਾਦ ਦੇ ਕੋਲ, ਜਾ ਕੇ ਪਿੱਪਲ ਜਿਹਾ ਦੇਖਿਆ ਪਿੰਗਾਂ ਜੀ ਪਈਆਂ ਜਿੱਥੇ ਉਹ ਗਾਣਾ ਸ਼ੂਟ ਕੀਤਾ। ਸੋ ਉੱਥੋਂ ਜਦੋਂ ਗਾਣਾ ਬਣਾਇਆ, ਫਿਰ ਜਦੋਂ ਉਹਨਾਂ ਦਾ ਇੱਕ ਉਹਨਾਂ ਕੌਨਸੈਪਟ ਇੰਨਾ ਵਧੀਆ ਬਣਾ ਲਿਆ, ਕੈਮਰਾ ਸਰਚ ਕਰਦਾ ਵੀ ਮੈਂ ਇੱਕ ਮਨੇ ਜਿਹਦੇ ਖੜਾ ਉੱਤੇ ਹੇਕ ਲਾ ਰਿਹਾ, ਉਹ ਸਰਚ ਕਰਦਾ ਕੈਮਰਾ ਵੀ ਕਿੱਥੋਂ ਆਵਾਜ਼ ਆ ਰਹੀ ਹੈ। ਬਿਲਕੁਲ, ਉਹ 30 ਸੈਕਿੰਡ ਦਾ ਜਦੋਂ ਹੇਕ ਹੋਇਆ ਤਾਂ ਭਰਾਵਾ ਉਹ ਲੋਕਾਂ ਨੂੰ ਇੱਦਾਂ ਲੱਗਿਆ ਬੱਲੇ ਬੱਲੇ ਇੱਡੀ ਹੇਕ ਲਾਤੀ ਯਾਰ, ਉਹ ਰਾਤੋਂ ਰਾਤ ਲੋਕਾਂ ਦੇ ਵਿੱਚੋਂ ਵੱਡਾ ਬਣ ਗਿਆ ਗਾਣਾ। ਵਾਕਈ ਵਾਕਈ ਸਹੀ ਗੱਲ ਹੈ, ਸਹੀ ਗੱਲ ਹੈ। ਪਤਾ ਨਹੀਂ ਇਹ ਪਰਮਾਤਮਾ ਨੇ ਵੀ ਕਰਾਤਾ ਜੀ, ਪਤਾ ਨਹੀਂ ਬਸ ਲੋਕਾਂ ਨੇ ਨੋਟਸ ਲੈਣਾ ਸੀਗਾ ਇਸ ਗੱਲ ਦਾ। ਸਹੀ ਗੱਲ ਹੈ, ਸਹੀ ਗੱਲ। ਅੱਛਾ, ਕਦੇ ਕੋਈ ਅੜਚਣ ਬਣਿਆ ਹੋਵੇ ਇੱਦਾਂ ਦਾ ਬੰਦਾ ਜਿਹਨੂੰ ਫਿਰ ਉਦੋਂ ਜਵਾਬ ਮਿਲ ਗਿਆ ਜਦੋਂ ਅੜਚਣ ਤਾਂ ਇਹ ਜਦੋਂ ਪਰ ਮੇਰੇ ਘਰ ਕਿਸੇ ਨਾਲ ਕੋਈ ਇੱਦਾਂ ਦਾ ਕੋਈ ਰਿਹਾ ਨਹੀਂ ਕਦੇ ਰਜੇਵਾਂ, ਕਿਉਂਕਿ ਜਦੋਂ ਤੁਹਾਡੀ ਹੇਕ ਪਈ ਹੈ ਫਿਰ ਉਹਨੂੰ ਜਵਾਬ ਮਿਲ ਗਿਆ, ਫਿਰ ਉਹ ਮੁੜ ਕਈ ਵਾਰ ਮੈਨੂੰ ਕਲਾਕਾਰ ਆ ਕੇ ਦੱਸਦੇ ਹੁੰਦੇ ਯਾਰ ਮੈਂ ਉਹਦੇ ਕੋਲ ਲੈ ਕੇ ਗਿਆ ਸੀ ਗਾਣਾ, ਮੈਂ ਉਹਦੇ ਕੋਲ ਇੱਦਾਂ ਅਪਰੋਚ ਕਰਿਆ, ਪਰ ਉਹ ਬੰਦੇ ਨੇ ਉਦੋਂ ਨਕਾਰਤਾ ਅਤੇ ਹੁਣ ਮੈਨੂੰ ਕਾਲਾਂ ਕਰਦਾ ਥੱਕਦਾ ਹੋ ਗਿਆ। ਕਿੱਕਲੀ ਪਾ ਕੇ ਗਾਣਾ ਮਾਸਟਰ ਜੀ ਨੇ ਜਿੰਦ ਸਵਾੜੇ ਨੇ ਕਈ ਲੋਕਾਂ ਨੂੰ ਦਿੱਤਾ ਸੀਗਾ ਜੀ, ਕਈ ਗਾਣੇ ਹੋਏ ਨੇ ਉਹਨਾਂ ਦੇ ਇੱਦਾਂ। ਹਾਂਜੀ, ਸੋ ਉਹਨਾਂ ਨੇ ਉਦੋਂ ਨਹੀਂ ਕੀਤਾ ਅਤੇ ਗਾਣਾ ਵੱਡੇ ਵੱਡੇ ਸਿੰਗਰਾਂ ਨੂੰ ਦਿੱਤਾ ਉਹਨਾਂ ਨੇ, ਉਦੋਂ ਨਹੀਂ ਕੀਤਾ ਉਹਨੂੰ ਮੈਂ ਕਰਤਾ, ਮੇਰੇ ਹਿੱਸੇ ਆਉਣਾ ਸੀ ਐਕਚੁਅਲੀ, ਹਿੱਸੇ ਆਉਣਾ ਸੀ ਵਾਕਿਆ ਸਹੀ, ਉਹ ਚੱਲ ਗਿਆ ਤੇ ਉਸ ਤੋਂ ਬਾਅਦ ਫਿਰ ਹੁਸਨ ਗਾਣਾ ਮੇਰਾ ਹਿੱਟ ਹੋਇਆ ਸੀ ਇੱਕ। ਹਾਂਜੀ, ਤੋਰ ਉਹ ਦਿਨ ਵੇਖ ਕੇ ਮੋਰ ਸਲਾਮਾ ਕਰਦੇ ਨੇ, ਹੈ ਨਾ, ਵਾਕਿਆ। ਸੋ ਜਦੋਂ ਉਹ ਗਾਣਾ ਰਿਲੀਜ਼ ਹੋਇਆ ਕਹਿੰਦਾ ਅਸੀਂ ਤੇ ਦਿੱਲੀ ਬੈਠੇ ਸੀਗੇ ਉਦੋਂ ਰਿਕਾਰਡਿੰਗ 'ਤੇ। ਅੱਛਾ, ਅਤੇ ਮੈਂ ਮਾਸਟਰੀ ਨੂੰ ਗੱਲ ਕੀਤੀ, ਮਾਸਟਰ ਉਹਨਾਂ ਸੁਣਾਇਆ ਮੈਨੂੰ ਗਾਣਾ, ਜਦੋਂ ਉਹਨੇ ਸੁਣਾਇਆ ਵੀ ਤੋਰ ਉਹ ਦਿਨ ਵੇਖ ਕੇ ਮੋਰ ਸਲਾਮਾ ਕਰਦੇ ਨੇ, ਮੈਂ ਕਿਹਾ ਮੋਰ ਦੀ ਤੋਰ ਸਭ ਤੋਂ ਸੋਹਣੀ ਹੁੰਦੀ ਹੈ, ਵੀ ਮੋਰ ਸਲਾਮਾ ਕਰਦੇ ਨੇ, ਮੈਂ ਕਿਹਾ ਬਾਤ ਹੈ, ਗੱਲ ਹੈ। ਕਹਿੰਦਾ ਵੀ ਉਹਨੂੰ ਦਿੱਤਾ ਹੋਇਆ ਗਾਣਾ ਕਿਸੇ ਨੂੰ, ਮੈਂ ਮਾਸਟਰ ਜੀ ਤੁਸੀਂ ਉਹਨੂੰ ਪੁੱਛੋ ਰਿਕਾਰਡ ਦਾ ਨਹੀਂ ਕੀਤਾ, ਕਹਿੰਦਾ ਨਹੀਂ ਕੀਤਾ, ਉਹਨੇ ਪੁੱਛਿਆ ਤੇ ਕੀਤਾ ਨਹੀਂ, ਮੈਂ ਉਹ ਤੋਂ ਲਿਆਓ ਗਾਣਾ ਰਿਕਾਰਡ ਕਰ ਲਿਆ। ਉਹ ਸੁਖਪਾਲ ਸੁੱਖ ਦਾ ਮਿਊਜ਼ਿਕ ਸੀ ਉਦੋਂ। ਕੀ ਬਾਤ ਹੈ ਜੀ, ਸੋ ਉਹਨਾਂ ਨੇ ਜਦੋਂ ਬਣਾਇਆ ਗਾਣਾ ਸੋ ਗਾਣਾ ਹਿੱਟ ਹੋ ਗਿਆ। ਕੀ ਬਾਤ, ਬਿਲਕੁਲ ਸਹੀ ਗੱਲ ਹੈ। ਇਹ ਇਦਾਂ ਮਤਲਬ ਜਿਹੜਾ ਚੀਜ਼ ਤੁਹਾਨੂੰ ਪਰਮਾਤਮਾ ਨੇ ਦੇਣੀ ਹੈ ਨਾ, ਉਹ ਦੇ ਕੇ ਹੀ ਤੁਹਾਡੀ ਝੋਲੀ ਵਿੱਚ ਆਣੀ ਹੈ, ਕਿਸੇ ਹੋਰ ਕੋਲ ਜਾ ਹੀ ਨਹੀਂ ਸਕਦੀ। ਸੋ ਦੋਸਤੋ, ਫਿਲਹਾਲ ਸਾਡੇ ਕੋਲ ਨੇ ਜੀ ਸੁਰਜੀਤ ਖਾਨ ਸਾਹਿਬ, ਅਤੇ ਇਹਨਾਂ ਨਾਲ ਹੋਰ ਬਹੁਤ ਪਿਆਰੀ ਪਿਆਰੀ ਆਪਾਂ ਗੱਲਾਂ ਕਰਨੀਆਂ, ਪਰਸਨਲ ਲਾਈਫ ਬਾਰੇ ਜਾਣਾਂਗੇ, ਕਿੱਦਾਂ ਆਪਣੇ ਆਪ ਨੂੰ ਬਿਜ਼ੀ ਰੱਖਦੇ ਨੇ ਜਦੋਂ ਫ੍ਰੀ ਹੁੰਦੇ,
ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀ ਟੀ ਸੀ ਸ਼ੋਕੇਸ ਦੇ ਵਿੱਚ ਅਤੇ ਮੁਲਾਕਾਤ ਆਪਾਂ ਕਰ ਰਹੇ ਜੀ ਜਿੱਦਾਂ ਕਿ ਜਾਣਦੇ ਹੋ ਸੁਰਜੀਤ ਖਾਨ ਸਾਹਿਬ ਨਾਲ ਭਾਅ ਜੀ ਹੁਣ ਮਤਲਬ ਤੁਹਾਡੀ ਜਿਹੜੀ ਪਰਸਨਲ ਲਾਈਫ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਪ੍ਰੋਫੈਸ਼ਨਲ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਕਿੱਥੋਂ ਸ਼ੁਰੂ ਹੋਏ ਆ ਜੀ ਐਂ ਕਰੀ ਜਾਂਦੇ ਗਾਣੇ ਸੁਣੀ ਜਾਈ ਆਪਾਂ ਤੁਹਾਡੇ ਕੋਈ ਗੱਲ ਗਾਣੇ ਤਾਂ ਮੈਂ ਤਾਂ ਆਪ ਕਹਿੰਦਾ ਮੇਰਾ ਤਾਂ ਬਿਲਕੁਲ ਬਿਲਕੁਲ ਸੁਣਾਂਗੇ ਅਤੇ ਹੁਣ ਪਹਿਲਾਂ ਥੋੜ੍ਹਾ ਪਰਸਨਲ ਲਾਈਫ ਵੱਲ ਝਾਤੀ ਮਾਰੀਏ ਸਿੰਗਿੰਗ ਤੋਂ ਇਲਾਵਾ ਹੋਰ ਕੀ ਤੁਹਾਡੇ ਸ਼ੌਕ ਹੈਗੇ ਨੇ ਕਿਹੜੀ ਕਿਹੜੀ ਹੋਬੀਜ਼ ਨੇ ਮਤਲਬ ਤੁਹਾਡੀਆਂ ਮੈਨੂੰ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਮੇਰੀ ਫੈਮਿਲੀ ਦੇ ਵਿੱਚ ਮੰਮੀ ਡੈਡੀ ਮੇਰੇ ਹਾਂਜੀ ਬ੍ਰਦਰ ਆ ਮੇਰਾ ਛੋਟਾ ਇੱਕ ਸੋ ਮੇਰੀ ਵਾਈਫ ਹੈ ਸੀਮਾ ਖਾਨ ਜੀ ਅਤੇ ਮੇਰੇ ਇਨ ਲਾਸ ਨੇ ਮੰਡੀ ਗੋਬਿੰਦਗੜ੍ਹ ਖੰਨੇ ਕੋਲ ਹੈ ਨਾ ਜੀ ਸੋ ਅੱਜ ਕੱਲ੍ਹ ਅਸੀਂ ਬਾਹਰ ਰਹਿੰਦੇ ਹਾਂ ਕੈਨੇਡਾ ਮੇਰੇ ਬੱਚੇ ਉੱਥੇ ਰਹਿੰਦੇ ਨੇ ਹੁਣ ਓਕੇ ਸੋ ਅਤੇ ਬਸ ਇਹ ਆਉਣਾ ਜਾਣਾ ਹੀ ਆ ਇੱਧਰ ਜਾਈਦਾ ਉੱਧਰ ਆ ਜਾਈਦਾ ਇਹ ਬਸ ਫੈਮਿਲੀ ਆ ਜੀ ਮੋਹਾਲੀ ਮੈਂ ਹੁਣ ਰਹਿੰਦਾ ਜੀ ਪਿੰਡ ਮੇਰਾ ਪੈਂਦਾ ਜੀ ਅੰਬਾਲੇ ਦੇ ਲਾਗੇ ਪੈਂਦਾ ਮੋਹਾਲੀ 'ਚ ਹੁਣ ਪਰ ਬਿਲਕੁਲ ਹਰਿਆਣੇ ਦੇ ਬਾਰਡਰ ਦੇ ਨੇੜੇ ਤੇੜੇ ਆ ਜੀ ਬਹੁਤ ਖੂਬਸੂਰਤ ਪਿੰਡ ਆ ਬਡਾਣਾ ਪਿੰਡ ਆ ਕੀ ਬਾਤ ਹੈ ਅੱਛਾ ਜੀ ਅਤੇ ਫਿਰ ਜਦੋਂ ਫ੍ਰੀ ਹੁੰਦੇ ਹੋ ਤਾਂ ਫਿਰ ਹੁਣ ਤੁਸੀਂ ਜਗ੍ਹਾ ਇੰਨੀਆਂ ਗਿਣਾਤੀਆਂ ਕਿ ਨਹੀਂ ਆਪਣੇ ਸਹੁਰਾ ਮੰਡੀ ਗੋਬਿੰਦਗੜ੍ਹ ਦਾ ਵੀ ਜ਼ਿਕਰ ਕਰਤਾ ਕੈਨੇਡਾ ਦਾ ਵੀ ਕਰਤਾ ਇੱਧਰੋਂ ਅੰਬਾਲੇ ਦੇ ਲਾਗੇ ਬਾਰਡਰ ਜਿਹੜਾ ਆਪਣਾ ਪਿੰਡ ਆ ਉਹਦਾ ਵੀ ਜ਼ਿਕਰ ਫਿਰ ਕਿੱਥੇ ਟਾਈਮ ਬਿਤਾਉਂਦੇ ਜਦੋਂ ਫ੍ਰੀ ਹੁੰਦੇ ਹੋ ਮੈਂ ਜ਼ਿਆਦਾ ਟਾਈਮ ਤਾਂ ਦੇਖੋ ਮੋਹਾਲੀ ਬਿਤਾਉਣਾ ਅੱਛਾ ਸੋ ਜਦੋਂ ਵੀ ਟਾਈਮ ਲੱਗਦਾ ਪਰ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਆਪਣੇ ਪਿੰਡ ਵੱਲ ਨੂੰ ਜਾਂਦਾ ਨਾ ਹਾਂ ਬਾਈ ਉਹ ਸਾਰਾ ਨਾ ਬਚਪਨ ਦਾ ਜਿਹੜਾ ਨਜ਼ਾਰਾ ਜਿਹਾ ਅੱਖਾਂ ਦੇ ਸਾਹਮਣੇ ਆ ਜਾਂਦਾ ਉਹ ਸਭ ਤੋਂ ਚੰਗਾ ਲੱਗਦਾ ਮੈਨੂੰ ਪਰ ਜਾਇਆ ਬਹੁਤ ਘੱਟ ਜਾਂਦਾ ਪਿੰਡ ਪਰ ਚੰਗਾ ਬਹੁਤ ਲੱਗਦਾ ਜਦੋਂ ਪਿੰਡ ਵੱਲ ਨੂੰ ਗੱਡੀ ਮੁੜਦੀ ਹੈ ਨਾ ਯਾਰ ਫੀਲ ਜਿਹਾ ਬਹੁਤ ਗੁੱਡ ਹੁੰਦਾ ਕੀ ਬਾਤ ਹੈ ਅੱਛਾ ਜੇ ਸਿੰਗਿੰਗ ਫਰਜ਼ ਕਰੋ ਕਿ ਆਪਾਂ ਸਿੰਗਿੰਗ ਲਾਈਨ ਵਿੱਚ ਨਾ ਆਉਂਦੇ ਕਿ ਨਹੀਂ ਸਿੰਗਰ ਨਾ ਬਣਦੇ ਤਾਂ ਫਿਰ ਕਿਹੜੇ ਪਾਸੇ ਨੂੰ ਜਾਣਾ ਸੀਗਾ ਗੁਰਜੀਤ ਭਾਈ ਜੇ ਮੈਂ ਸਿੰਗਰ ਨਾ ਹੁੰਦਾ ਨਾ ਫਿਰ ਮੈਨੂੰ ਪਤਾ ਨਹੀਂ ਵੀ ਮੈਨੂੰ ਕੁਛ ਨਹੀਂ ਪਤਾ ਮੈਂ ਕੀ ਮੈਨੂੰ ਇੱਦਾਂ ਲੱਗਦਾ ਸੀ ਮੈਂ ਸਿੰਗਰ ਹੀ ਹੋਣਾ ਸੀਗਾ ਮੈਂ ਤਾਂ ਬਚਪਨ ਤੋਂ ਮੈਂ ਛੋਟਾ ਹੁੰਦਾ ਸੀ ਮੈਂ ਕਈ ਵਾਰ ਦੱਸਦਾ ਹੁੰਦਾ ਵੀ ਛੋਟੇ ਹੁੰਦੇ ਤਾਂ ਮੈਨੂੰ ਇੰਨਾ ਸ਼ੌਕ ਸੀ ਮੇਰੇ ਚਾਚਾ ਜੀ ਨੂੰ ਵੀ ਸਾਰੇ ਮੈਨੂੰ ਬਿਠਾ ਕੇ ਗਾਣੇ ਸੁਣਦੇ ਸੀ ਮੈਥੋਂ ਮਤਲਬ ਬਚਪਨ ਤੋਂ ਹੀ ਹੈ ਮੈਂ ਕਿਸੇ ਨੂੰ ਦੇਖ ਕੇ ਨਹੀਂ ਗਾਉਣ ਲੱਗਿਆ ਮੇਰੇ ਅੰਦਰੋਂ ਹੀ ਸੀਗਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਮੈਂ ਗਾਉਂਦਾ ਸੀਗਾ ਔਰ ਇੱਦਾਂ ਪਰ ਮੈਨੂੰ ਇਹ ਵੀ ਪ੍ਰਸ਼ੰਸਾ ਬਹੁਤ ਹੁੰਦੀ ਸੀ ਜਦੋਂ ਮੈਂ ਕਿਤੇ ਗਾਉਂਦਾ ਸੀ ਜੀ ਸੋ ਇੱਦਾਂ ਕਰਕੇ ਬਸ ਇੱਕ ਪ੍ਰੋਫੈਸ਼ਨਲ ਬਣ ਗਿਆ ਅੱਜ ਮੈਂ ਕੀ ਬਾਤ ਹੈ ਇਹ ਵੀ ਬਹੁਤ ਖੂਬ ਗੱਲ ਹੈ ਕਿ ਕਿਸੇ ਹੋਰ ਬਾਰੇ ਸੋਚਿਆ ਨਹੀਂ ਹੈਗਾ ਹਾਂਜੀ ਨਹੀਂ ਮੈਂ ਇਦਾਂ ਕੁਝ ਨਹੀਂ ਸੋਚਿਆ ਵਾਕੇ ਅੱਛਾ ਭਾਈ ਤੇ ਇੱਕ ਗੱਲ ਹੈ ਕਿ ਤੁਸੀਂ ਹੁਣ ਬਾਹਰ ਵੀ ਰਹਿੰਦੇ ਹੋ ਕਿ ਨਹੀਂ ਤੁਸੀਂ ਕਿਹਾ ਵੀ ਕੈਨੇਡਾ ਵੀ ਤੁਹਾਡੀ ਫੈਮਿਲੀ ਸੈੱਟ ਹੈ ਜਾਂ ਉੱਧਰ ਵੀ ਬੱਚੇ ਉੱਧਰ ਰਹਿੰਦੇ ਨੇ ਪੜ੍ਹਦੇ ਨੇ ਤੇ ਇੱਧਰ ਵੀ ਤੁਸੀਂ ਸ਼ੋਜ਼ ਕਰਦੇ ਹੋ ਉੱਧਰ ਵੀ ਸ਼ੋਜ਼ ਕਰਦੇ ਹੋ ਕਿ ਨਹੀਂ ਵੱਖਰੇ ਵੱਖਰੇ ਦੋ ਇੱਕ ਹਲ ਕਲਚਰ ਨੂੰ ਤੁਸੀਂ ਮਿਲਦੇ ਹੋ ਵਿਚਰਦੇ ਹੋ ਉਹਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬਾਹਰ ਪੰਜਾਬੀਅਤ ਜ਼ਿਆਦਾ ਸੰਭਾਲ ਕੇ ਰੱਖੀ ਹੋਈ ਹੈ ਕਿਉਂਕਿ ਤੁਹਾਡੇ ਗਾਣਿਆਂ ਵਿੱਚ ਇੱਦਾਂ ਦੀ ਇੱਕ ਖੁਸ਼ਬੂ ਹੁੰਦੀ ਕਿ ਨਹੀਂ ਜਾਂ ਇੱਧਰ ਪੰਜਾਬੀਅਤ ਹੈਗੀ ਹੈ ਜਾਂ ਇਹਨੂੰ ਸੰਭਾਲਣ ਦੀ ਹੋਰ ਜ਼ਿਆਦਾ ਲੋੜ ਆ ਪੰਜਾਬੀ ਨੂੰ ਇੱਥੇ ਸੰਭਾਲਣ ਦੀ ਲੋੜ ਹੈ ਬਾਹਰ ਲੋਕਾਂ ਨੇ ਸੰਭਾਲਿਆ ਬਹੁਤ ਹੈ ਜਦੋਂ ਅਸੀਂ ਹੁੰਦੇ ਉੱਥੇ ਤੁਸੀਂ ਵੈਨਕੂਵਰ ਮੈਂ ਰਹਿਣਾ ਅਤੇ ਵੈਨਕੂਵਰ ਤੁਸੀਂ ਨਗਰ ਕੀਰਤਨ ਚਲੇ ਜਾਓ ਇੰਨਾ ਬੰਦਾ ਇੱਥੇ ਇਕੱਠ ਨਹੀਂ ਹੁੰਦਾ ਜਿੰਨਾ ਉੱਥੇ ਪੰਜਾਬੀਆਂ ਦਾ ਇਕੱਠ ਹੁੰਦਾ ਆਪਣੇ ਕਿੰਨੀ ਮਾਨਤਾ ਸਤਿਕਾਰ ਹੈ ਤਾਂ ਇੱਥੇ ਹੀ ਬਹੁਤ ਆ ਪੰਜਾਬੀਆਂ 'ਚ ਜੀ ਪਰ ਲੋਕਾਂ ਨੇ ਬਾਹਰ ਬਹੁਤ ਕਲਚਰ ਨੂੰ ਸਾਂਭਿਆ ਮਤਲਬ ਇੱਥੇ ਹੋਰ ਲੋੜ ਹੈਗੀ ਹੈ ਕਿਤੇ ਨਾ ਕਿਤੇ ਕਿ ਨਹੀਂ ਮੈਂ ਇਹੀ ਸੋਚੀ ਜਾਂਦਾ ਯਾਰ ਮੈਨੂੰ ਪਤਾ ਨਹੀਂ ਵੀ ਸਾਹਿਤਕਾਰਾਂ ਅਤੇ ਗੀਤਕਾਰਾਂ ਅਤੇ ਕਵੀਆਂ ਅਤੇ ਸਿੰਗਰਾਂ ਦੇ ਉੱਤੇ ਬਹੁਤ ਵੱਡਾ ਜ਼ਿੰਮੇਵਾਰੀ ਹੈ ਵੱਡਾ ਨਹੀਂ ਜ਼ਿੰਮੇਵਾਰੀ ਹੈ ਬਹੁਤ ਵੱਡੀ ਜੀ ਕਿ ਪੰਜਾਬ ਦੇ ਕਲਚਰ ਨੂੰ ਪ੍ਰਫੁੱਲਿਤ ਕਰਨ ਹੋਰ ਜ਼ਿਆਦਾ ਕਿਉਂਕਿ ਪੰਜਾਬੀ ਹੁਣ ਤਾਂ ਮੈਂ ਖੁਦ ਕਹਿੰਦਾ ਮੇਰੇ ਬੱਚੇ ਜੇ ਇੱਥੇ ਕੋਨਵੈਂਟ ਸਕੂਲ 'ਚ ਪੜ੍ਹਦੇ ਸੀ ਅਤੇ ਪੰਜਾਬੀ ਤਾਂ ਚਲੋ ਘਰ ਬੋਲਦੇ ਨੇ ਪਰ ਜ਼ਿਆਦਾ ਹਿੰਦੀ ਇੰਗਲਿਸ਼ 'ਤੇ ਕਮਾਂਡ ਹੈ ਸਾਨੂੰ ਤਾਂ ਇੰਗਲਿਸ਼ ਆਈ ਹੋ ਨਹੀਂ ਕਦੇ ਜੀ ਠੀਕ ਹੈ ਪਰ ਮੈਂ ਇਹ ਨਹੀਂ ਕਹਿੰਦਾ ਵੀ ਨਾ ਸਿੱਖੋ ਭਾਸ਼ਾ ਪਰ ਪੰਜਾਬੀ ਬੋਲਣੀ ਬਹੁਤ ਜ਼ਰੂਰੀ ਹੈ ਪੰਜਾਬੀ ਛੱਡੋ ਨਾ ਸਿੱਖੋ ਨਵੇਂ ਚੀਜ਼ਾਂ ਪਰ ਆਪਣੇ ਦਾ ਬੇਸ ਆਉਣ ਨਹੀਂ ਛੱਡਣਾ ਚਾਹੀਦਾ ਇਸ ਤਰੀਕੇ ਨਾਲ ਇਹ ਸਾਡੀਆਂ ਗਵਰਨਮੈਂਟਾਂ ਨੂੰ ਚਾਹੀਦਾ ਕਰਨਾ ਇਦਾਂ ਜੇ ਨਾ ਹੋਇਆ ਤਾਂ ਪੰਜਾਬੀ ਨੂੰ ਇਹ ਢਾਹ ਲੱਗ ਰਹੀ ਹੈ ਥੱਲੇ ਜਿਹੜੀ ਇਹ ਚੀਜ਼ਾਂ ਅਲੋਪ ਪੰਜਾਬੀ ਜ਼ਰੂਰ ਚਾਹੀਦੀ ਹੈ ਮੈਂ ਕਹਿੰਦਾ ਕੋਈ ਭਾਸ਼ਾ ਵੀ ਸਿੱਖ ਲਓ ਜੀ ਪਰ ਪੰਜਾਬੀ ਨਾਲ ਉਹਦੇ ਕੰਪਲਸਰੀ ਰੱਖੋ ਵੀ ਯਾਰ ਇਸ ਤੋਂ ਬਿਨਾਂ ਗਤੀ ਨਹੀਂ ਵਾਕਿਆ ਸਹੀ ਗੱਲ ਹੈ ਜੀ ਬਿਲਕੁਲ ਬਿਲਕੁਲ ਤਾਂ ਕਿਤੇ ਸਾਡੇ ਇੱਕ ਜਿਹੜੀ ਲੈਂਗੁਏਜ ਆ ਗੁਰਮੁਖੀ ਆਪਣੀ ਪੰਜਾਬੀ ਹੈ ਜਿਹੜੀ ਕਿੰਨੇ ਸ਼ੇਰਾਂ ਦੇ ਵਿੱਚ ਕਿੰਨਾ ਅਸੀਂ ਵੀ ਕਹਿੰਦੇ ਸਾਰੇ ਕਰਦੇ ਆਪਾਂ ਬਹਾਦਰੀ ਦੀਆਂ ਗੱਲਾਂ ਵੀ ਕਰਦੇ ਹਾਂ ਇੱਕ ਜਿੱਦਾਂ ਸ਼ੇਰ ਹੈ ਉਹ ਕਹਿੰਦਾ ਵੀ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਜੀ ਪੰਜਾਬ ਦੀ ਤੁਲਨਾ ਕਿੱਦਾਂ ਸ਼ਾਰਿਆਂ ਨੇ ਕੀਤੀ ਹੈ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਭਾਰਤ ਹੈ ਜੇ ਨਸ਼ਾ ਤਾਂ ਇਹ ਨਸ਼ਾ ਸ਼ਰਾਬ ਦਾ ਵਾਕਿਆ ਹੈ ਨਾ ਸਹੀ ਗੱਲ ਸੋ ਲੋਕੀ ਪੰਜਾਬ ਨੂੰ ਕਿਸ ਤਰੀਕੇ ਨਾਲ ਗੱਲ ਕਰ ਰਹੇ ਪਰ ਪੰਜਾਬ ਮੈਂ ਇਹੀ ਪਰਮਾਤਮਾ ਕੀ ਦੁਆ ਕਰਦੇ ਸਾਡੇ ਪੰਜਾਬ ਨੂੰ ਨਾ ਨਜ਼ਰ ਲਾਵੇ ਕਿਸੇ ਦੀ ਸੱਚੀ ਕਹਿੰਦਾ ਪੰਜਾਬ ਵਰਗੀ ਥਾਂ ਕੋਈ ਨਹੀਂ ਵਾਕਿਆ ਸਹੀ ਔਰ ਪੰਜਾਬ ਵਰਗੇ ਲੋਕ ਕਿਤੇ ਨਹੀਂ ਵਾਕਿਆ ਜਿੱਥੇ ਵੀ ਪੰਜਾਬੀ ਗਏ ਨੇ ਝੰਡੇ ਗੱਡੇ ਨੇ ਆਪਣੇ ਪੰਜਾਬੀਆਂ ਨੇ ਕਿਸੇ ਕੰਟਰੀ ਵੀ ਗਏ ਨੇ ਬਿਲਕੁਲ ਇਹ ਇਤਿਹਾਸ ਗਵਾ ਬਚਾਉਣ ਦੀ ਲੋੜ ਆਈ ਸਾਰਿਆਂ ਨੂੰ ਰਲ ਕੇ ਇਹ ਬਸ ਜਿਹੜੀ ਚੀਜ਼ ਹੈ ਰੱਖਣ ਸਾਰੇ ਜਣਿਆਂ ਬਸ ਉਹੀ ਗੱਲ ਹੈ ਜੀ ਜਿੱਦਾਂ ਉਹਦੇ
ਕਿਆ ਬਾਤ ਹੈ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਜੀ। ਸੋ ਤਾਂ ਉਹਨਾਂ ਸਾਰੀ ਚੀਜ਼ਾਂ ਤੋਂ ਬਚਦੇ ਹੋ ਆਪਾਂ ਪੰਜਾਬੀਅਤ ਨੂੰ ਬਚਾ ਕੇ ਰੱਖੀਏ ਤਾਂ ਉਹ ਸਭ ਤੋਂ ਵੱਡੀ ਗੱਲ ਹੈ। ਬਸ ਇਹ ਇਹ ਸਾਡੇ ਲਈ ਤਾਂ ਹੈਗਾ, ਇਹ ਆਉਣ ਵਾਲੀ ਜਨਰੇਸ਼ਨ ਨੂੰ ਦੱਸੀਏ ਵੀ ਪੰਜਾਬ ਵੀ ਪੰਜਾਬੀ ਕੀ ਹੈ। ਵਾਕਿਆ ਸਹੀ ਗੱਲ ਹੈ, ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਬਿਲਕੁਲ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟਸ, ਕਿਹੜੇ ਕਿਹੜੇ ਗੀਤ ਹੋਰ ਤਿਆਰ ਬਰ ਤਿਆਰ ਪਏ ਨੇ ਜਿਹੜੇ? ਗੁਰਜੀਤ ਬਾਈ, ਐਲਬਮ ਪੂਰੀ 8 ਗਾਣੇ ਦੇ ਟਰੈਕ ਪੂਰੇ ਬਣੇ ਹੋਏ ਨੇ। ਹਾਂਜੀ। ਸੋ ਇਹ ਗਾਣੇ ਇੱਕ ਇੱਕ ਕਰਕੇ, ਕਿਉਂਕਿ ਹੁਣ ਸੀਡੀਆਂ ਰਿਲੀਜ਼ ਨਹੀਂ ਹੁੰਦੀਆਂ, ਨਹੀਂ ਤਾਂ ਮੇਰੇ 8 ਦੇ 8 ਰਿਲੀਜ਼ ਕਰ ਦੇਣੇ ਸੀ ਲੋਕਾਂ ਨੇ, ਜਿਹਦੇ ਕਹਿਣ ਲਈ ਵੀ ਆ ਗਏ ਉਹ ਲੈ ਲਓ ਨਜ਼ਾਰੇ, ਹੈ ਨਾ। ਹਾਂਜੀ। ਸੋ ਹੁਣ ਜ਼ਰੀਆ ਨਹੀਂ ਕੋਈ ਹੈਗਾ, ਗੀਤ ਵੇਸਟ ਹੋ ਜਾਣੇ, ਇਸ ਕਰਕੇ ਸਾਨੂੰ ਇੱਕ ਇੱਕ ਦਾ ਵੀਡੀਓ ਬਣਾ ਬਣਾ ਕੇ 3-4 ਵੀਡੀਓ ਲਾਈਨਅਪ ਹੋਏ ਪਏ ਨੇ। ਓਕੇ। ਇੱਕ ਇੱਕ ਕਰਕੇ ਜਿੱਦਾਂ ਹੁਣ ਅਹਿੱਲਾ ਕੈਂਠੇ ਵਾਲਾ ਆ ਗਿਆ ਨਾ, ਇੱਦਾਂ ਸਾਰੇ ਇਹ ਆ ਹੀ ਜਾਣੇ ਨਾਲ ਨਾਲ। ਅੱਛਾ। ਇੱਦਾਂ ਦੇ ਕਰਕੇ ਸਰੋਤਿਆਂ ਦੀ ਝੋਲੀ ਦੇ ਵਿੱਚ ਪਈ ਜਾਣੇ ਗਾਣੇ। ਕਿਆ ਬਾਤ ਹੈ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਹੁਣ ਇਸ ਤਰੀਕੇ ਨਾਲ ਹੁਣ ਚੇਂਜ ਉੱਦਾਂ ਹੋ ਗਏ, ਜਿੱਦਾਂ ਦਾ ਮਾਹੌਲ ਹੈ ਫਿਰ ਉੱਦਾਂ ਦੀ ਹੋਣਾ ਪੈਂਦਾ। ਬਿਲਕੁਲ ਸਹੀ ਹੈ। ਹਾਂਜੀ। ਅਤੇ ਸਭ ਤੋਂ ਜ਼ਿਆਦਾ ਨਜ਼ਾਰਾ ਕਿੱਥੇ ਆਉਂਦਾ ਸ਼ੋਜ਼ ਕਰਕੇ, ਮਤਲਬ ਬਾਹਰ ਜਾਂ ਇੱਧਰ ਆਪਣੇ? ਯਾਰ ਨਜ਼ਾਰਾ ਤਾਂ ਨਾ ਮੈਂ ਸਹੀ ਦੱਸ ਦਿੰਦਾ, ਜਿੱਥੇ ਪੰਜਾਬੀ ਉਹੀ ਹੈ, ਥਿੰਕਿੰਗ ਉਹੀ ਹੈ। ਹਾਂਜੀ। ਚਾਹੇ ਕੈਨੇਡਾ, ਇੰਗਲੈਂਡ, ਮੈਂ ਕਿਹਾ ਜਿੱਥੇ ਮਰਜ਼ੀ ਗਏ ਹੋ ਤੁਸੀਂ, ਸੋਚ ਉਹੀ ਹੈ। ਅੱਛਾ ਜੀ। ਉੱਥੇ ਲਲਕਾਰੇ ਉੱਦਾਂ ਹੀ ਇੱਥੇ ਵੱਜਦੇ ਨੇ, ਉੱਦਾਂ ਹੀ ਉੱਥੇ ਵੱਜਦੇ ਨੇ। ਅੱਛਾ ਜੀ। ਸੇਮ ਹੈ ਪੰਜਾਬੀਆਂ ਦਾ, ਜਿੱਥੇ ਮਰਜ਼ੀ ਗਏ ਨੇ ਪੰਜਾਬੀ ਉਹੀ ਹੈ, ਰੰਗ ਉਹੀ ਹੈ। ਕੀ ਬਾਤ ਹੈ। ਅੱਛਾ, ਪਿਛਲੇ ਸੈਗਮੈਂਟ ਵਿੱਚ ਮੈਂ ਆਪਣੀ ਪਸੰਦ ਦਾ ਗਾਣਾ ਸੁਣਿਆ ਸੀ ਜੁੱਤੀ ਚੂ ਚੂ ਕਰਦੀ ਕਿ, ਹੁਣ ਜਾਂਦੇ ਜਾਂਦੇ ਸਾਰੇ ਜਿਹੜੇ ਸਰੋਤੇ ਨੇ ਤੁਹਾਡੇ ਫੈਨਸ ਨੇ, ਹਾਂਜੀ, ਤੁਹਾਡੇ ਵੱਲੋਂ ਉਹਨਾਂ ਲਈ ਕਿਹੜਾ ਗਾਣਾ ਤੁਸੀਂ ਸੁਣਾਓਗੇ? ਮੈਂ ਜੀ ਸੁਣਾ ਦੇਣਾ, ਗਾਣੇ ਤਾਂ ਖੈਰ ਮੈਨੂੰ ਬਹੁਤ ਜ਼ਿਆਦਾ ਪਿਆਰੇ ਨੇ ਆਪਣੇ ਸਾਰੇ ਜਿਹੜੇ ਗਾਏ ਨੇ ਹੁਣ ਤੱਕ। ਹਾਂਜੀ। ਸੋ ਇੱਕ ਗਾਣਾ ਮੇਰਾ, ਮੈਂ ਆਮ ਵੀ ਗਾਉਂਦਾ ਹੁੰਦਾ, ਜਿਵੇਂ ਕਿਤੇ ਉੱਦਾਂ ਵੀ ਗਾਉਂਦਾ ਵੀ ਮੈਂ ਸਿਰਫ ਆਪਣੇ ਸਰੋਤਿਆਂ ਦੇ ਪਿਆਰ ਦੀ ਉਹ ਗੱਲ ਕਰਦਾ, ਹੁਣ ਪਿਆਰ ਵੀ ਜਿਹੜੇ ਸਾਡੇ ਸਰੋਤੇ ਮੈਨੂੰ ਪਿਆਰ ਕਰਦੇ ਨੇ ਨਾ, ਵਾਕਿਆ ਉਹਨਾਂ ਨੂੰ ਪਰਮਾਤਮਾ ਸਾਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ। ਸਹੀ ਗੱਲ ਹੈ। ਇਹ ਸਾਰੇ ਸਰੋਤਿਆਂ ਨੂੰ ਡੈਡੀਕੇਟ ਕਰ ਦੇਣਾ ਮੈਂ ਆਪਣੇ ਵੱਲੋਂ ਗੀਤ, ਤੁਹਾਨੂੰ ਵੀ ਮੈਂ ਸੁਣਿਓ। ਹਾਂਜੀ। ਔਰ ਇਹ ਬਾਲੀ ਸੱਗੂ ਜੀ ਨੇ ਰੀਮਿਕਸ ਕੀਤਾ ਸੀ ਗਾਣਾ, ਬਹੁਤ ਹਿੱਟ ਹੋਇਆ ਗਾਣਾ ਹੈ ਜੀ। ਸੋ ਮੈਂ ਸੁਣਾ ਦੇਣਾ ਉਹਦਾ ਮੁਖੜਾ। ਆ ਜਾ ਤੈਨੂੰ ਸਾਹਾਂ ਦੇਣੀ, ਹਾਏ ਹਾਏ, ਧਾਗੇ 'ਚ ਪਰੋ ਲਵਾਂ, ਸੀਨੇ ਵਿੱਚ ਚੱਲਦੀਆਂ ਰਗਾਂ 'ਚ ਲਕੋ ਲਵਾਂ, ਦੂਰੀਆਂ ਦਾ ਸੱਪ ਕਿਤੇ ਸਾਨੂੰ ਡੰਗ ਜਾਵੇ ਨਾ, ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ, ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ। ਕੀ ਬਾਤ ਹੈ ਜੀ, ਕੀ ਬਾਤ ਹੈ। ਪਰਮਾਤਮਾ ਇਸੇ ਤਰ੍ਹਾਂ ਮੇਰੇ ਸਰੋਤਿਆਂ ਨਾਲ ਮੇਰਾ ਪਿਆਰ ਬਣਾਈ ਰੱਖੇ ਜੀ, ਔਰ ਮੈਂ ਚੰਗੇ ਚੰਗੇ ਗਾਣੇ ਇਹਨਾਂ ਦੀ ਝੋਲੀ ਪਾਉਂਦਾ ਰਹਾਂ, ਇੰਨੀ ਕੁ ਮੈਨੂੰ ਪਰਮਾਤਮਾ ਬਲ ਬਖਸ਼ੇ ਕਿ ਅੱਛੇ ਗਾਣਿਆਂ ਦੀ ਚੋਣ ਮੈਂ ਕਰਦਾ ਰਹਾਂ ਔਰ ਵਧੀਆ ਵਧੀਆ ਗਾਣੇ। ਕੀ ਬਾਤ ਹੈ। ਅਸੀਂ ਵੀ ਇਹੀ ਦੁਆ ਕਰਦੇ ਹਾਂ ਜੀ, PDC ਪੰਜਾਬੀ ਦੀ ਸਾਰੀ ਟੀਮ ਇਹ ਦੁਆ ਕਰਦੀ ਹੈ ਕਿ ਤੁਸੀਂ ਵਧੀਆ ਵਧੀਆ ਗਾਣੇ ਹਮੇਸ਼ਾ ਤੁਹਾਡੀ ਝੋਲੀ ਪੈਂਦੇ ਰਹਿਣ, ਤੁਸੀਂ ਇਹ ਬੁਲੰਦ ਆਵਾਜ਼ ਨਾਲ ਸਾਡੇ ਸਾਹਮਣੇ ਇਸੇ ਤਰ੍ਹਾਂ ਪੇਸ਼ ਕਰਦੇ ਰਹੋ, ਤੰਦਰੁਸਤੀਆਂ ਤੁਹਾਨੂੰ ਬਹੁਤ ਬਖਸ਼ੇ ਪਰਮਾਤਮਾ। ਥੈਂਕ ਯੂ, ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੁਰਜੀਤ ਬਾਈ, ਬਹੁਤ ਮਜ਼ਾ ਆਇਆ ਅੱਜ। ਸੇਮ ਹੁਣ ਟਾਈਮ ਤੁਹਾਡਾ ਖਤਮ ਹੋ ਗਿਆ, ਮੈਂ ਤਾਂ ਚਾਹੁੰਦਾ ਸੀ ਹੋਰ ਇੰਨਾ ਚੱਲਣਾ ਚਾਹੀਦਾ। ਸਹੀ ਗੱਲ ਹੈ, ਮੈਂ ਖੁਦ ਚਾਹੁੰਦਾ ਸੀ ਵੀ ਹਲੇ ਹੋਰ ਗਾਣੇ ਸੁਣਦੇ ਆਪਾਂ, ਖਾਣਾ ਹੋਰ ਗਰਮ ਕਰਦੇ। PDC ਪੰਜਾਬੀ ਦਾ ਔਰ ਤੁਹਾਡਾ ਔਰ ਸਾਰੀ ਟੀਮ ਦਾ, ਜਿਹੜੇ ਸਾਡੇ ਵੀਰ ਬੈਠੇ ਨੇ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਮੈਂ ਦਿੰਦਾ, ਔਰ ਤੁਸੀਂ ਵਧੀਆ ਵਧੀਆ ਸ਼ੋਅ ਲੈ ਕੇ ਹਰ ਸਿੰਗਰ ਨੂੰ ਪੇਸ਼ ਕਰਦੇ ਵਧੀਆ ਤਰੀਕੇ ਨਾਲ, ਔਰ ਚੰਗੇ ਮਿਊਜ਼ਿਕ ਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ।